पंकज सिमरंगद दुख गुरु अमरदास हृदय नित श्री गुरु रामदास गुण गुरु अर्जन विघ्न न की विघ्न न की नाशक हर गोविंद शुभ शुभत पर श्री हर राय नमो कर नमो कर गुरी श्री हर कृष्ण सुत होत कुतब खान बुद्धिवान तरकत बोल्यो प्रात सो विपरे जान महान वाहे गुरु जी का खालसा वाहे गुरु जी की फतेह धन धन गुरुदेव जिस संग हर जपे गुर तिरपाल जब पहे ता अवगुण सब छपे ऐसे तिरपालु कृपा निधान शब्द गुरु धन धन श्री गुरु ग्रंथ साहिब महाराज जी जी पावन पवित्र गोद विच विराजमान गुरु सवारी गुरु खालसा सत संगत जीओ आप समूह संगतां गुरु कृपा सदका रोज शाम दे दीवाना विच हाजरियां भर के सत संगत दीआं घड़ियां मानदे हो अते नाम दा लाहा गुरबाणी दा लाहा गुरु इतिहास का लाहा प्राप्त करके अपने जीवन में सफला कर दे हो खालसा जी गुरबाणी का यही वचन है मना बिन हर भजन नहीं छुटकारा बिना रब के भजन तो छुटकारा नहीं होना इस करके मना अपने हिरदे विच रब नू याद रखी बस हसदियां खेड़दियां तुरदियां फिरदियां खांदियां पींदियां उदा शुक्र करी जाई बस जो दे रहे है उदा पहला शुक्र कर महाराज तेरा शुक्राना है तेरी मेहर है तेरी बख्शिश है तेरी कृपा है खालसा जी यही रब दा सिमरन है बस हर वेले उदा शुक्र महाराज जरा सह आ रहे है ये तेरा शुक्र है
ਅਗਲਾ ਸਾਹ ਵੇਖਿਆ ਜਾਂ ਨਹੀਂ ਵੇਖਿਆ ਕਿਸੇ ਨੇ, ਇਹ ਕਿਸੇ ਨੂੰ ਪਤਾ ਨਹੀਂ। ਸ਼ੁਕਰ ਕਰਨ ਵਾਲਾ ਖਾਲਸਾ ਜੀ ਗੁਰੂ ਕਾ ਪਿਆਰਾ ਹੈ। ਜਿਹੜਾ ਸ਼ੁਕਰ ਨਾ ਕਰੇ ਪੈਂਦੇ ਖਾਵਾਂ, ਉਹ ਅਕਿਰਤ ਕਾਣਾ ਹੈ। ਬਸ ਅਕਿਰਤ ਕਾਣ ਨਾ ਬਣੀਏ ਤੇ ਗੁਰੂ ਦਾ ਸ਼ੁਕਰ ਕਰੀ ਜਾਈਏ। ਭਾਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੇ ਹੱਥੀ ਪੈਂਦੇ ਖਾਣ ਨੂੰ ਪਾਲਿਆ ਖਾਲਸਾ ਜੀ, ਪੁੱਤਰਾਂ ਤੋਂ ਵੱਧ ਕੇ ਪਾਲਿਆ। ਆਪ ਜੀ ਨੇ ਪਿੱਛੇ ਸਾਰੀ ਵਿਚਾਰ ਸ਼੍ਰਵਣ ਕੀਤੀ ਹੈ ਕਿ ਗੁਰਦੁਆਰਾ ਜਿਹੜਾ ਵਿਵੇਕਸਰ ਸਰੋਵਰ ਹੈ ਨਾ, ਉਹਦੀ ਖੁਦਾਈ ਤਾਂ ਹੀ ਹੋਈ ਸੀ ਨਾ ਕਿ ਮਹਾਰਾਜ ਨੂੰ ਵਿਵੇਕ ਵਿਚਾਰ ਕਰਕੇ ਤਨਖਾਹ ਲਗਾਈ ਗਈ ਸੀ। ਇੱਕ ਬੀਬੀ ਪਹਿਲਾਂ ਵੀ, ਦੂਜਾ ਪੈਂਦੇ ਖਾਂ। ਉਸ ਵੇਲੇ ਸਮਾਜ ਵਿੱਚ ਇਹ ਗੱਲਾਂ ਫੈਲ ਗਈਆਂ ਸੀ, ਬਹੁਤ ਨਿੰਦਾ ਹੋ ਰਹੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿ ਮਹਾਰਾਜ ਨੇ ਪੈਂਦੇ ਖਾਂ ਨੂੰ ਆਪਣੇ ਕੋਲ ਕਿਉਂ ਰੱਖਿਆ ਹੈ। ਪਰ ਮਹਾਰਾਜ ਦਿਖਾਉਣਾ ਚਾਹੁੰਦੇ ਗੁਰਸਿੱਖੋ ਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਕਦੇ ਅਕਿਰਤ ਕਰਨ ਨਹੀਂ ਬਣਦਾ। ਜਿਨ੍ਹਾਂ ਅੰਦਰ ਗੁਰੂ ਕੀ ਸ਼ਬਦ ਦੀ ਵਿਸਿੱਖੀ ਚਲੀ ਗਈ ਨਾ, ਉਹ ਕਦੇ ਕਿਰਤ ਕਰਨ ਨਹੀਂ ਬਣਦੇ। ਜਿਨ੍ਹਾਂ ਅੰਦਰ ਸਿੱਖੀ ਦਾ ਵਾਸਾ ਹੀ ਨਹੀਂ ਹੋਇਆ, ਉਹ ਅਕਿਰਤ ਕਰਨ ਹੋ ਹੀ ਜਾਣਗੇ। ਪੁੱਤਰਾਂ ਵਾਂਗ ਪਾਲਿਆ ਪਰ ਫਿਰ ਵੀ ਝੂਠ ਬੋਲਣ ਵਾਲਾ, ਨਮਕ ਹਰਾਮੀ, ਇਹ ਪੈਂਦੇ ਖਾਂ ਅਕਿਰਤ ਕਰਨ ਬਣ ਗਿਆ ਖਾਲਸਾ ਜੀ। ਤੇ ਦੇਖੋ ਇਹਦਾ ਜਵਾਈ ਅਸਮਾਨ ਖਾਂ, ਉਹ ਵੀ ਲਾਲਚ ਬਸ ਹੋਇਆ, ਉਹਨੇ ਵਧੀਆ ਘੋੜਾ ਵਧੀਆ ਪੋਸ਼ਾਕ ਆਪ ਧਾਰਨ ਕਰ ਲਈ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਰੀ ਵਸਤੂਆਂ ਮਹਾਰਾਜ ਨੇ ਕਢਾ ਲਈਆਂ। ਜਾਓ ਗੁਰੂ ਕੇ ਪਿਆਰੇ ਸਿੱਖੋਂ ਲੈ ਕੇ ਆਓ। ਜਦੋਂ ਕਢਾਈਆਂ ਵਸਤੂਆਂ ਸਾਰੀਆਂ ਤੇ ਕਹਿਣ ਲੱਗੇ, ਦੇਖਿਆ ਪੈਂਦੇ ਖਾਂ, ਇਹ ਹੈ ਤੇਰਾ ਝੂਠ। ਪੈਂਦੇ ਖਾਂ ਪੈਰ ਤੇ ਪਾਣੀ ਨਾ ਪੈਣ ਦੇਵੇ, ਚਲਾਕ ਸੀ, ਗੱਲ ਗੱਲ ਤੇ ਝੂਠ ਬੋਲੇ। ਮਹਾਰਾਜ ਕਹਿੰਦੇ ਝੂਠ ਨਾ ਬੋਲ, ਇੱਥੇ ਇਹ ਮਤ ਜਾਣੀ ਕਿ ਤੇਰੇ ਵਿੱਚ ਬਲ ਹੋਵੇਗਾ, ਇੱਥੇ ਵੀ ਤੇਰੇ ਉਸਤਾਦ ਬੈਠੇ ਹਨ। ਉਸਤਾਦ ਕੌਣ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਫਿਕਰ ਨਾ ਕਰ ਪੈਂਦੇ ਖਾਂ, ਆਪਣੇ ਆਪ ਤੇ ਬਹੁਤਾ ਗੁਮਾਨ ਨਾ ਕਰੀ ਕਿ ਮੇਰੇ ਵਰਗਾ ਕੋਈ ਯੋਧਾ ਨਹੀਂ, ਤੇਰੇ ਵਰਗ ਯੋਧੇ ਸੇ ਕਈ ਪੈਦਾ ਕਰਤੇ ਹਨ। ਜਾ ਪੈਂਦੇ ਖਾਂ, ਚੁੱਪ ਚੁਪੀਤੇ ਚਲਾ ਜਾ ਇੱਥੋਂ, ਨਹੀਂ ਤਾਂ ਫਿਰ ਜੁੱਤੀਆਂ ਪੈਣਗੀਆਂ। ਪੈਂਦੇ ਖਾਂ ਬੜ ਬੜਾਉਂਦਾ ਹੋਇਆ ਕਹਿਣ ਲੱਗਾ, ਜੀ ਦੇਖਾਂਗਾ ਤੁਹਾਨੂੰ, ਮੈਂ ਬਾਦਸ਼ਾਹ ਕੋਲ ਜਾਣਾ ਹੈ, ਫੌਜ ਲੈ ਕੇ ਤੁਹਾਡੇ ਵਿਰੁੱਧ ਜੰਗ ਕਰਾਂਗਾ। ਸਤਿਗੁਰ ਨੇ ਕਿਹਾ ਜੋ ਮਰਜ਼ੀ ਕਰ ਲੈ ਜਾ, ਇੱਥੇ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ, ਇੱਥੇ ਇੱਕ ਬਾਦਸ਼ਾਹ ਦੀ ਪਰਵਾਹ ਹੈ ਅਕਾਲ ਪੁਰਖ ਪਰਮਾਤਮਾ ਦੀ। ਤੇ ਖਾਲਸਾ ਜੀ ਗੁਰਸਿੱਖਾਂ ਨੇ ਫਿਰ ਚੰਗਾ ਚਾਟਾ ਛਕਾਇਆ ਉਹਨੂੰ, ਭਾਈ ਬਿਧੀ ਚੰਦ ਵਰਗੇ ਨੇ ਚੰਗਾ ਚਾਟਾ ਛਕਾ ਕੇ ਬਾਹਰ ਤੋਰਿਆ। ਤੇ ਪੈਂਦੇ ਖਾਂ ਖਾਲਸਾ ਜੀ ਬੁਰਾ ਹਾਲ ਬਣ ਕੇ ਦਿਹਾੜੇ ਆਪਣੇ ਘਰ ਪਹੁੰਚਿਆ। ਇਹਦਾ ਜਵਾਈ ਅਸਮਾਨ ਖਾਂ ਕਹਿਣ ਲੱਗਾ, ਪਿਤਾ ਜੀ ਕੀ ਗੱਲ ਹੋ ਗਈ, ਤੁਹਾਡੇ ਕੱਪੜੇ ਪਾਟੇ ਹੋਏ, ਤੁਹਾਡਾ ਬੁਰਾ ਹਾਲ ਹੈ? ਉਹ ਕਹਿਣ ਲੱਗਾ, ਤੇਰੇ ਕਰਕੇ ਇਹ ਸਭ ਕੁਛ। ਤੇ ਫਿਰ ਇਤਨਾ ਗੁੱਸਾ ਆਇਆ, ਇਹਨੂੰ ਜਲ ਪਾਣੀ ਮਸੇ ਚੁਕਾਇਆ ਅਸਮਾਨ ਖਾਂ ਨੇ। ਰਾਤ ਸੁੱਖ ਨਾਲ ਉੱਥੇ ਬਤੀਤ ਕੀਤੀ, ਆਪਣੇ ਘਰ ਨੀਂਦ ਨਾ ਆਵੇ। ਤੇ 500 ਯੋਧੇ ਇਕੱਠੇ ਕਰਕੇ ਖਾਲਸਾ ਜੀ, ਇਹਦੇ ਚਾਚੇ ਦਾ ਬੇਟਾ ਹੈ ਕੁਤਬ ਖਾਂ, ਜਲੰਧਰ ਵਿੱਚ ਰਹਿੰਦਾ ਹੈ, ਉਹਦੇ ਕੋਲ ਪਹੁੰਚਿਆ। ਕਹਿਣ ਲੱਗਾ, ਭਰਾਵਾ ਮੈਂ ਤੇਰੇ ਕੋਲ ਆਇਆ ਫਰਿਆਦ ਲੈ ਕੇ, ਮੇਰੀ ਸਹਾਇਤਾ ਕਰ। ਤੇ ਕੁਤਬ ਖਾਂ ਨੂੰ ਸਮਝਾ ਰਿਹਾ ਹੈ ਕਿ ਇਹ ਪੈਂਦੇ ਖਾਂ, ਜਿਸ ਗੁਰੂ ਹਰਗੋਬਿੰਦ ਸਾਹਿਬ ਨੇ ਤੈਨੂੰ ਪੁੱਤਰਾਂ ਵਾਂਗ ਪਾਲਿਆ, ਇਤਨਾ ਦੁੱਧ ਘਿਓ ਮੱਖਣ ਸਭ ਕੁਛ ਤੈਨੂੰ ਖਵਾ ਕੇ ਪੁੱਤਰਾਂ ਤੋਂ ਵੱਧ ਪਾਲਿਆ, ਅੱਜ ਉਹਨਾਂ ਖਿਲਾਫ ਹੋ ਗਿਆ ਹੈ। ਮੈਂ ਤੈਨੂੰ ਇਹੀ ਸਲਾਹ ਦੇ ਰਿਹਾ ਹਾਂ ਕਿ ਅਜੇ ਵੀ ਸਮਾਂ ਹੈ, ਚਰਨ ਫੜ ਲੈ ਉਹਨਾਂ ਦੇ। ਪਰ ਕਿਵੇਂ ਇਹ ਖਾਲਸਾ ਜੀ ਪੈਂਦੇ ਖਾਂ ਕੁਤਬ ਖਾਂ ਦੀ ਸਲਾਹ ਨਹੀਂ ਮੰਨ ਰਿਹਾ, ਤੇ ਆਪਣੀ ਜ਼ਮੀਰ ਇਹਨੂੰ ਗਿਰਾ ਕੇ ਖਾਲਸਾ ਜੀ ਕਿਵੇਂ ਗੁਰੂ ਮਹਾਰਾਜ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਇਹ ਖਾਲਸਾ ਜੀ ਉਹ ਫਰਿਆਦ ਲੈ ਕੇ ਬਾਦਸ਼ਾਹ ਕੋਲ ਜਾਵੇਗਾ? ਆਓ ਇਸ ਕਥਾ ਨੂੰ ਸ਼੍ਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ,
ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਪੈਂਦ ਚਚਾ ਕੋ ਸੁਤੋ ਤੋ ਕੁਤਬ ਖਾਨ ਬੋ ਦੀਵਾਨ ਪੈਂਦੇ ਖਾਂ ਦੇ ਚਾਚੇ ਦਾ ਬੇਟਾ ਹੈ ਖਾਲਸਾ ਜੀ ਇਹਦਾ ਭਰਾ ਹੀ ਲੱਗਿਆ ਜਿਹਨੂੰ ਕਹਿ ਦੋ ਕਜ਼ਨ ਭਰਾ ਕਜ਼ਨ ਬ੍ਰਦਰ ਇਹਦੇ ਚਾਚੇ ਦਾ ਬੇਟਾ ਇਹਦਾ ਭਰਾ ਕੁਤਬ ਖਾਂ ਤੇ ਬੜਾ ਸਿਆਣਾ ਹੈ ਖਾਲਸਾ ਜੀ ਉਹਨੂੰ ਕਦਰ ਹੈ ਕਿ ਜਿਹਦਾ ਨਮਕ ਖਾਈਏ ਤੇ ਨਮਕ ਹਰਾਮ ਨਾ ਬਣੀਏ ਤੇ ਕੁਤਬ ਖਾਂ ਬਹੁਤ ਸਿਆਣਾ ਬਹੁਤ ਬੁੱਧੀਵਾਨ ਹੈ ਤਰਕਤ ਬੋਲਿਓ ਪ੍ਰਾਤ ਸੋ ਬਿਪਰੈ ਜਾਨ ਮਹਾਨ ਤਰਕ ਕਰਨਗਾ ਆਪਣੇ ਭਰਾ ਪੈਂਦੇ ਖਾਂ ਨਾਲ ਵੀ ਇਹ ਤਾਂ ਹੁਣ ਗੁਰੂ ਮਹਾਰਾਜ ਉਲਟ ਹੋ ਗਿਆ ਹੈ ਗੁਰੂ ਮਹਾਰਾਜ ਵਿਰੁੱਧ ਹੋ ਗਿਆ ਹੈ ਇਤਨਾ ਵਿਰੋਧੀ ਬਣ ਗਿਆ ਹੈ ਇਸ ਕਰਕੇ ਆਪਣੇ ਭਰਾ ਤੇ ਤਰਕ ਕਰਨ ਲੱਗਾ ਕੁਤਬ ਖਾਨ ਨਿਸ਼ਾਨੀ ਛੰਦ ਬਾਜ ਬਸਨ ਬਖਸ਼ਿਸ਼ ਕਰੇ ਗਰ ਨਿਜ ਪੁੰਨ ਲੀਨੇ ਕਹਿੰਦੇ ਖਾਂ ਜਿਸ ਗੁਰੂ ਮਹਾਰਾਜ ਨੇ ਤੈਨੂੰ ਵਧੀਆ ਘੋੜਾ ਬਖਸ਼ਿਸ਼ ਕੀਤਾ ਹੈ ਵਧੀਆ ਪੋਸ਼ਾਕ ਬਖਸ਼ਿਸ਼ ਕੀਤੀ ਹੈ ਦੇਖ ਤੇਰਾ ਇਹ ਸਰੀਰ ਉਹਨਾਂ ਕਰਕੇ ਬਣਿਆ ਹੈ ਜੋ ਨਾ ਬਖਸ਼ਿਸ਼ ਕਰਦੇ ਤੇਰਾ ਇਹ ਹਾਲ ਨਾ ਅੱਜ ਹੁੰਦਾ ਵੱਡ ਪੁਰਖਨ ਕੇ ਬਹੁ ਮਤੇ ਕੈ ਸਿਓ ਰਿਸ ਕੀਨੇ ਇਹ ਕਹਿੰਦੇ ਖਾਂ ਸਿਆਣਿਆਂ ਦਾ ਇਹ ਮਤਾ ਹੈ ਸਿਆਣਿਆਂ ਦੀ ਇਹ ਟਹਿਣੀ ਮੈਂ ਸਲਾਹ ਹੈ ਕਿ ਜਿਹੜੇ ਕਿਸੇ ਨੂੰ ਪਰਵਰਿਸ਼ ਕਰਨ ਕਿਸੇ ਦੀ ਪਾਲਣਾ ਕਰਨ ਉਹਨਾਂ ਵਿਰੁੱਧ ਜੰਗ ਨਹੀਂ ਕਰੀਦਾ ਤੂੰ ਕਿਉਂ ਵਿਰੁੱਧ ਹੋ ਗਿਆ ਗੁਰੂ ਮਹਾਰਾਜ ਜੀ ਦੇ ਉੱਤਮ ਵਸਤੂ ਤੋਹੇ ਦੇ ਬਹੁਤ ਪ੍ਰਸੰਨਾ ਜਿਹੜੀ ਵੀ ਵਸਤੂ ਸਭ ਤੋਂ ਸ੍ਰੇਸ਼ਟ ਹੋਵੇ ਨਾ ਤੇ ਮਹਾਰਾਜ ਖੁਸ਼ ਹੋ ਕੇ ਤੈਨੂੰ ਦਿੰਦੇ ਲੈ ਪੈਂਦੇ ਖਾਂ ਤੂੰ ਕੱਪੜੇ ਪਾ ਲੈ ਪੈਂਦੇ ਖਾਂ ਘੋੜੇ ਤੇ ਤੂੰ ਚੜ ਜਾ ਲੈ ਪੈਂਦੇ ਖਾਂ ਵਧੀਆ ਕਾਠੀ ਹੈ ਘੋੜੇ ਤੇ ਪਾ ਲਈ ਇਹਨੂੰ ਪੈਂਦੇ ਖਾਂ ਜਿਹੜੀ ਵਸਤੂ ਸਭ ਤੋਂ ਉੱਤਮ ਹੁੰਦੀ ਸੀ ਨਾ ਉਹ ਗੁਰੂ ਮਹਾਰਾਜ ਤੈਨੂੰ ਮਿਲਦੀ ਸੀ ਲੈ ਪੈਂਦੇ ਖਾਂ ਤੂੰ ਲੈ ਲੈ ਪਰ ਐਸੀ ਵਸਤੂਆਂ ਲੈ ਕੇ ਵੀ ਗੁਰੂ ਮਹਾਰਾਜ ਤੇਰੇ ਤੇ ਬਖਸ਼ਿਸ਼ ਕਰਦੇ ਰਹੇ ਪਰ ਤੂੰ ਨਮਕ ਹਰਾਮੀ ਬਣ ਗਿਆ ਹੈ ਰਤ ਪਾਰੇ ਓ ਕਰ ਪ੍ਰੇਮ ਕੋ ਸਭ ਦਾਰਿਦ ਹੰਨਾ ਐ ਪੈਂਦੇ ਖਾਂ ਤੇਰਾ ਸਾਰਾ ਦਲਿੱਦਰ ਖਾਲੀ ਖਤਮ ਕਰਤਾ ਗੁਰੂ ਮਹਾਰਾਜ ਜੀ ਨੇ ਪੁੱਤਰਾ ਤੋਂ ਵੱਧ ਬੜੇ ਪ੍ਰੇਮ ਨਾਲ ਤੈਨੂੰ ਪਾਲਿਆ ਹੈ ਦਈ ਵਸਤ ਆਪਣੀ ਲਈ ਤੈਂ ਕਿਉਂ ਰਿਸ ਧਾਰੀ ਜੋ ਵਸੂ ਉਹਨਾਂ ਨੇ ਤੈਨੂੰ ਅਰਪਣ ਕੀਤੀ ਸੀ ਪੁਸ਼ਾਕ ਤੇ ਘੋੜਾ ਉਹ ਵਾਪਸ ਲੈ ਲਈ ਤੂੰ ਗੁੱਸਾ ਕਿਉਂ ਕੀਤਾ ਫਿਰ ਜੋ ਵਸੂ ਦੇਣ ਵਾਲੇ ਹਰਗੋਬਿੰਦ ਸਾਹਿਬ ਮਹਾਰਾਜ ਹਨ ਉਹ ਤੈਨੂੰ ਦੇ ਰਹੇ ਹਨ ਤੇ ਵਾਪਸ ਲੈ ਲਈ ਤੂੰ ਕਿਉਂ ਕ੍ਰੋਧ ਕੀਤਾ ਕਿਉਂ ਗੁੱਸਾ ਕੀਤਾ ਉਹਨਾਂ ਤੇ ਲਰਨ ਹੇਤ ਕੋ ਕੌਣ ਹੈ ਜਿਸ ਤੇ ਦੁੱਖ ਪਾਰੀ ਦੱਸੋ ਇਸ ਵਿੱਚ ਲੜਨ ਦਾ ਕੀ ਕਾਰਨ ਹੈ ਕਿਉਂ ਗੁੱਸਾ ਕਰਦਾ ਪੈਂਦੇ ਖਾਂ ਉਹ ਤਾਂ ਤੇਰੇ ਪ੍ਰਤਪਾਨਕ ਹਨ ਤੇਰੇ ਪਿਤਾ ਤੋਂ ਵੱਧ ਕੇ ਤੈਨੂੰ ਪਾਲਣ ਵਾਲੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੂੰ ਕਿਉਂ ਉਹਨਾਂ ਦੇ ਵਿਰੁੱਧ ਜੰਗ ਕਰਨ ਲਈ ਜਾ ਰਿਹਾ ਹੈ ਜਿਨੋ ਹੱਥ ਤੇ ਤਨ ਵਧਿਓ ਸੁਖ ਲਏ ਕਨੇਰੇ ਪੈਂਦੇ ਖਾਂ ਜਿਨ੍ਹਾਂ ਦੇ ਹੱਥਾਂ ਕਰਕੇ ਤੂੰ ਕਿਤਨਾ ਵੱਡਾ ਹੋਇਆ ਤੇਰੀ ਉਮਰ ਲਗਭਗ 15-16 ਸਾਲ ਦੀ ਸੀ ਉਦੋਂ ਅੱਜ ਕਿਤਨਾ ਵੱਡਾ ਤੇਰਾ ਵਿਆਹ ਵੀ ਉਹਨਾਂ ਨੇ ਕੀਤਾ ਦੇਖੋ ਇਤਨਾ ਵੱਡਾ ਕਰਕੇ ਤੇਰੇ ਬੱਚਿਆਂ ਦੀ ਪਰਵਰਿਸ਼ ਕੀਤੀ ਉਹਨਾਂ ਨੇ ਬੱਚਿਆਂ ਤੋਂ ਵੱਧ ਕੇ ਤੈਨੂੰ ਪਾਲਿਆ ਤੇਰਾ ਇਹ ਹਾਲ ਅੱਜ ਹੋਇਆ ਹੈ ਪਇਓ ਪੁਕਾਰੂ ਤਿਨੋ ਪਰ ਕਰ ਨਿੰਦ ਬਡੇਰੇ ਕਹਿੰਦੇ ਖਾਂ ਅੱਜ ਉਹਨਾਂ ਦੇ ਵਿਰੁੱਧ ਪੁਕਾਰੂ ਬਣ ਕੇ ਮੇਰੇ ਕੋਲ ਆਉਣਾ ਹੈ ਤੇ ਨਿੰਦਾ ਕਰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਮਕ ਹਰਾਮੀ ਨਾਮ ਇਮ ਮਰ ਦੋ ਜਿਤ ਜਾਵੇ ਤੈਨੂੰ ਕਹਿੰਦੇ ਹਨ ਨਮਕ ਹਰਾਮੀ ਤੂੰ ਨਮਕ ਹਰਾਮ ਹੈ ਪੈਂਦੇ ਖਾਂ ਤੂੰ ਮਰ ਕੇ ਦੋਜਕ ਨਰਕਾਂ ਨੂੰ ਹੀ ਜਾਵੇਂਗਾ ਬੈਠੇ ਉਮਰਾਵਨ ਬਿਕੈ
ਅਪ ਜਸ ਕੋ ਪਾਵੇ ਦੇਖ ਪੈਂਦੇ ਖਾ ਜਿਹੜੇ ਜਿਹੜੇ ਮਰਾਦ ਬੈਠੇ ਹਨ ਤੇਰੇ ਨਾਲ ਆਏ ਤੂੰ ਇਹਨਾਂ ਵਿੱਚ ਅਪ ਜਸ ਪਾਇਆ ਹੈ ਤੇ ਅੱਗੇ ਵੀ ਤੈਨੂੰ ਅਪ ਜਸ ਹੀ ਮਿਲੇਗਾ ਬਨੇ ਕ੍ਰਿਤ ਕਨੀ ਲਵਨੇ ਅੱਚੇ ਉਚਿਤ ਨਾਏ ਤੇਰੇ ਪੈਂਦੇ ਖਾ ਤੇਰੇ ਲਈ ਠੀਕ ਨਹੀਂ ਤੂੰ ਨਮਕ ਖਾ ਕੇ ਤੇ ਉੱਤੇ ਥੁੱਕਾਂ ਫਿਰੇ ਨਮਕ ਹਰਾਮੀ ਬਣੇ ਤੇਰੇ ਲਈ ਇਹ ਗੱਲ ਚੰਗੀ ਨਹੀਂ ਹੈ ਕਿਦੋਂ ਦਿਵਸ ਪਹੁੰਚੇ ਬੁਰੇ ਜਮ ਕੋ ਕਰ ਹੇਰੇ ਆ ਮੈਨੂੰ ਇਹ ਲੱਗਦਾ ਹੈ ਤੇਰੇ ਦਿਨ ਹੁਣ ਬੁਰੇ ਆ ਗਏ ਹਨ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਵਿਨਾਸ਼ ਕਾਲ ਦਾ ਸਮਾਂ ਆ ਜਾਏ ਉਦੋਂ ਬੁੱਧੀ ਚ ਵਿਗਾੜ ਪੈ ਜਾਂਦਾ ਹੈ ਲੱਗਦਾ ਇਹੀ ਹੈ ਪੈਂਦੇ ਖਾਂ ਤੇਰੇ ਦਿਨ ਬੁਰੇ ਆ ਗਏ ਹਨ ਤੂੰ ਜਮਾਂ ਦੇ ਘਰ ਨੂੰ ਜਾਵੇਂਗਾ ਗੁਰ ਐਸੋ ਕੱਟ ਕਿਆ ਲੱਖਿਓ ਜੋ ਰਣ ਤੇ ਹਾਰੇ ਤੂੰ ਕੀ ਜਾਣਿਆ ਗੁਰੂ ਮਹਾਰਾਜ ਬਾਰੇ ਗੁਰੂ ਘੱਟ ਨਹੀਂ ਹੈ ਉਹ ਤੱਕ ਮਹਾਰਾਜ ਭਾਵੇਂ 100, 50, 5,000 ਜਿਤਨੇ ਮਰਜ਼ੀ ਯੋਧੇ ਆ ਜਾਣ ਇਕੱਲੇ ਹੀ ਬੜੇ ਹਨ ਤੂੰ ਘੱਟ ਜਾਣਿਆ ਉਹਨਾਂ ਨੂੰ ਉਹ ਘੱਟ ਨਹੀਂ ਉਹ ਤਾਂ 125,000 ਦੇ ਬਰਾਬਰ ਲੜਨ ਵਾਲੇ ਹਨ ਵੱਡੋ ਬਹਾਦਰ ਜੰਗ ਮੈਂ ਅਰ ਬ੍ਰਿੰਦਨ ਮਾਰੇ ਕਹਿੰਦੇ ਖਾ ਤੂੰ ਵੇਖਿਆ ਹੀ ਹੈ ਕਿਤਨੇ ਬਹਾਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਵੇਂ ਜਿਤਨੇ ਮਰਜ਼ੀ ਦੁਸ਼ਮਣ ਆ ਜਾਣ ਤੇ ਸਭ ਨੂੰ ਹਰਾ ਕੇ ਉਹਨਾਂ ਨੂੰ ਮਾਰ ਕੇ ਭਜਾਇਆ ਹੈ ਕਿਮ ਜਾਨ ਤੇ ਅਨਜਾਨ ਭਾ ਭਾਵੀ ਮਨ ਪ੍ਰੇਰਾ ਕਹਿੰਦੇ ਖਾ ਤੂੰ ਜਾਣਦਾ ਹੈ ਤੇ ਜਾਣ ਕੇ ਵੀ ਅਣਜਾਣ ਬਣ ਰਿਹਾ ਹੈ ਲੱਗਦਾ ਹੈ ਭਾਵੀ ਨੇ ਤੇਰਾ ਮਨ ਪ੍ਰੇਰ ਦਿੱਤਾ ਹੈ ਭਾਵੀ ਕਹਿੰਦੇ ਮੌਤ ਕਾਲ ਭੈੜਾ ਸਮਾਂ ਤੇ ਤੇਰਾ ਭੈੜਾ ਸਮਾਂ ਆ ਗਿਆ ਹੈ ਤਾਂ ਹੀ ਤੇਰਾ ਮਨ ਬਦਲ ਰਿਹਾ ਹੈ ਜੀਅਨ ਚੈਤ ਸ਼ਰਨੀ ਪਰੋ ਮਾਨੋ ਹਿਤ ਤੇਰਾ ਕਹਿੰਦੇ ਖਾਂ ਮੈਂ ਤੇਰਾ ਭਲਾ ਮੰਨਦਾ ਹਾਂ ਮੇਰੇ ਮਨ ਵਿੱਚ ਇਹੀ ਹੈ ਕਿ ਪੈਂਦੇ ਖਾਂ ਦਾ ਭਲਾ ਹੋਵੇ ਤੇ ਮੇਰੀ ਗੱਲ ਮੰਨ ਅਜੇ ਆਪਣਾ ਜੀਵਨ ਚਾਹੁੰਦਾ ਹੈ ਉਹਨਾਂ ਦੇ ਚਰਨਾਂ ਦੀ ਸ਼ਰਨ ਪੈ ਜਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਬਖਸ਼ੰਦ ਹਨ ਭਾਵੇਂ ਕੋਈ ਗਾਲਾ ਵੀ ਕੱਢੇ ਗੁਰੂ ਮਹਾਰਾਜ ਨੂੰ ਫਿਰ ਵੀ ਮਹਾਰਾਜ ਗਲਵਕੜੀ ਪਾ ਹੀ ਲੈਂਦੇ ਹਨ ਇਹ ਪੈਂਦੇ ਖਾਂ ਜੇ ਆਪਣਾ ਭਲਾ ਚਾਹੁੰਦਾ ਹੈ ਤੇ ਗੁਰੂ ਮਹਾਰਾਜ ਚਰਨਾਂ ਦੀ ਸ਼ਰਨ ਪੈ ਜਾ ਸੁਨਤ ਪ੍ਰਾਤ ਕੀ ਬਾਤ ਕੋ ਪੈਂਦੇ ਦੁੱਖ ਪਾਵਾ ਜਦੋਂ ਪੈਂਦੇ ਖਾਂ ਨੇ ਕੁਤਬ ਖਾਂ ਦੀ ਗੱਲ ਸੁਣੀ ਨਾ ਆਪਣੇ ਚਾਚੇ ਦੇ ਬੇਟੇ ਦੇ ਕਜ਼ਨ ਭਰਾ ਦੀ ਤੇ ਪੈਂਦੇ ਖਾਂ ਬੜਾ ਦੁਖੀ ਹੋਇਆ ਖਾਲਸਾ ਜੀ ਓ ਪਲੋ ਮਾਨਿਓ ਬੁਰੋ ਭਾਵੀ ਵਿਚਲਾਵਾ ਭਾਵੀ ਨੇ ਐਸਾ ਵਿਚਲਾਇਆ ਖਾਲਸਾ ਜੀਓ ਕੁਤਬ ਖਾਂ ਇਹਦਾ ਭਲਾ ਕਰਨਾ ਚਾਹੁੰਦਾ ਹੈ ਪਰ ਪੈਂਦੇ ਖਾਂ ਨੇ ਭਲੀ ਗੱਲ ਨੂੰ ਵੀ ਬੁਰਾ ਹੀ ਮੰਨਿਆ ਹੈ ਕਹੋ ਕਿ ਤੇਰੇ ਉਧਰ ਮੈਂ ਗੁਰ ਕੇਰ ਕਰਾਓ ਆਖੋ ਸਤਨਾਮ ਪੈਂਦੇ ਖਾਂ ਕਹਿਣ ਲਗਾ ਕੁਤਬ ਖਾਂ ਤੇਰੇ ਢਿੱਡ ਵਿੱਚ ਗੁਰੂ ਮਹਾਰਾਜ ਦਾ ਕਿਹੜਾ ਪ੍ਰਸ਼ਾਦ ਚਲਾ ਗਿਆ ਹੈ ਤੂੰ ਤਾਂ ਉਹਨਾਂ ਦੀ ਗੱਲਾਂ ਕਰ ਰਹੇ ਤਾਂ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਹੈ ਲੱਗਦਾ ਇਹ ਨਹੀਂ ਹੈ ਤੂੰ ਉਹਨਾਂ ਦਾ ਕਿਹੜਾ ਪ੍ਰਸ਼ਾਦ ਇਹ ਦੇਖ ਇਹ ਛਕ ਲਈ ਹੈ ਸੋ ਬੋਲਤ ਮਿਟ ਦੀਨ ਤੇ ਜਾਨੀ ਮਨ ਮਾਓ ਤੂੰ ਨਹੀਂ ਬੋਲਦਾ ਪੈਂਦੇ ਖਾਂ ਉਹ ਕਿਹੜਾ ਬੋਲਦਾ ਪਿਆ ਹੈ ਜਿਵੇਂ ਕਹਿੰਦੇ ਨਾ ਤੂੰ ਨਹੀਂ ਬੋਲਦਾ ਵਿੱਚ ਕੋਈ ਹੋਰ ਬੋਲਦਾ ਤੇ ਪੈਂਦੇ ਖਾਂ ਉਹ ਤੇਰਾ ਪੈਂਦੇ ਖਾਂ ਪੈਂਦਾ ਕੁਤਬ ਖਾਂ ਇਹ ਧਿਆਨ ਰੱਖੀ ਤੂੰ ਨਹੀਂ ਬੋਲਦਾ ਇਹ ਗੁਰੂ ਮਹਾਰਾਜ ਦਾ ਕਿਹੜਾ ਪ੍ਰਸ਼ਾਦ ਬੋਲਦਾ ਪਿਆ ਤੂੰ ਇਹੀ ਕਹਿ ਰਹੇ ਕਿ ਦੀਨ ਤੋਂ ਪਿੱਛੇ ਹਟ ਜਾ ਨਹੀਂ ਮੈਂ ਆਪਣੇ ਦੀਨ ਤੋਂ ਪਿੱਛੇ ਨਹੀਂ ਹਟਾਂਗਾ ਮਾਰਿਓ ਕਹਿ ਬੰਦੇ ਚਾਹੋ ਜਿਸ ਤੇ ਕਰ ਦਾਵਨ ਮੈਂ ਜਾਂ ਮਾਰਿਆ ਜਾਵਾਂਗਾ ਜਾਂ ਬੰਨਾਂਗਾ ਉਹਨਾਂ ਨੂੰ ਇੱਕ ਤਾਂ ਕੰਮ ਕਰਾਂਗਾ ਹੀ ਕਰਾਂਗਾ ਜਾਂ ਉਹਨਾਂ ਨੂੰ ਮਾਰਾਂਗਾ ਜਾਂ ਬੰਨਾਂਗਾ ਉਹਨਾਂ ਨੂੰ ਤੇ ਮੇਰਾ ਤੇ ਕੰਮ ਹੋਣਾ ਹੀ ਹੋਣਾ ਕੋਈ ਗੱਲ ਨਹੀਂ ਇਸ ਕਰਕੇ ਮੈਂ ਜੋ ਵੀ ਤਰੀਕਾ ਹੋਵੇ ਕਰਾਂਗਾ ਨਿਮਰ ਬਨੋ ਅਬ ਅਦਰ ਤਿਸ ਇਹ ਸੀਖ ਸਿਖਾਵਾ ਮੈਨੂੰ ਇਹੀ ਸਿਖਾ ਰਿਹਾ ਹੈ ਇਹੀ ਸਿੱਖਿਆ ਦੇ ਰਹੇ ਵੀ ਉਹਨਾਂ ਦੇ ਜਾ ਕੇ ਲੀਵਾਂ ਹੋ ਜਾ
ਕੁਤਬ ਖਾਂ ਇਹ ਗੱਲ ਕਦੀ ਨੀ ਮੋਣੀ ਮੈਂ ਮਾਂ ਵਰਨਨ ਕਰਤੇ ਗੁਰ ਕੀ ਬਹੁ ਬਾਰੀ ਬਾਰ ਬਾਰ ਉਹਨਾਂ ਦੀ ਗੱਲ ਕਰਦੇ ਵਡਿਆਈ ਕਰਦੇ ਉਹਨਾਂ ਦੀ ਮੇਰੇ ਸਾਹਮਣੇ ਤੇ ਲੱਗਦਾ ਇਹੀ ਹੈ ਤੇ ਉਹਨਾਂ ਦਾ ਨਮਕ ਖਾਇਆ ਹੈ ਉਹਨਾਂ ਦਾ ਕਿਹੜਾ ਪ੍ਰਸ਼ਾਦ ਛਕਿਆ ਹੈ ਨੈ ਮਾਨੋ ਮੈਂ ਮਿਲੋ ਨੈ ਕੁਲਕਾਨੇ ਅਮਾਰੀ ਤੇ ਨਾ ਕੁਤਬ ਖਾਂ ਮੈਂ ਮੰਨਾਂਗਾ ਤੇਰੀ ਗੱਲ ਤੇ ਨਾ ਮੈਂ ਉਹਨਾਂ ਕੋਲ ਜਾਵਾਂਗਾ ਇਹ ਮੇਰੇ ਕੁਲ ਦੀ ਪਠਾਣਾ ਦੀ ਕਾਨ ਹੈ ਈਨ ਹੈ ਕਿਸੇ ਅੱਗੇ ਸੀਸ ਨਹੀਂ ਝੁਕਾਉਣਾ ਤੇ ਅਸੀਂ ਸੀਸ ਨਹੀਂ ਝੁਕਾਵਾਂਗੇ ਮੁਸਕਾਨਿਓ ਸੁਣ ਕੁਤਬ ਖਾਂ ਇਹ ਠੀਕ ਬਖਾਨੀ ਕਹਿੰਦੇ ਖਾਂ ਦੀ ਗੱਲ ਸੁਣ ਕੁਸਮ ਖਾਂ ਖਾਲਸਾ ਥੋੜਾ ਮੁਸ਼ਕਰਾਇਆ ਥੋੜਾ ਹੱਸ ਪਿਆ ਕੁਤਬ ਖਾਂ ਹੱਸ ਕੇ ਕਹਿਣ ਲੱਗਾ ਕਹਿੰਦੇ ਖਾਂ ਵਾਹ ਸ਼ਾਬਾਸ਼ ਤੂੰ ਠੀਕ ਕਹਿੰਦਾ ਹੈ ਪਾਰੋ ਦੇ ਗ੍ਰਾਸ ਮੁੱਖ ਜਗ ਬਿਦਤ ਸੁਜਾਨੀ ਸਾਰੀ ਦੁਨੀਆਂ ਜਾਣਦੀ ਹੈ ਸਾਰਾ ਸਮਾਜ ਜਾਣਦਾ ਹੈ ਤੇ ਗੁਰੂ ਮਹਾਰਾਜ ਤੇਰੀ ਮੁੱਖ ਵਿੱਚ ਬੁਰਕੀ ਆਪ ਪਾਈ ਸੀ ਬੱਚਿਆਂ ਤੋਂ ਵੱਧ ਕਹਿੰਦੇ ਬੱਚਿਆਂ ਨੂੰ ਪਾਲਣਾ ਤੇ ਬੱਚੇ ਨੂੰ ਤਾਂ ਪਿਓ ਤਾਂ ਘੱਟ ਬੋਲਦਾ ਮਾਂ ਜ਼ਿਆਦਾ ਪਾਲਦੀ ਹੈ ਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਛੱਡ ਕੇ ਤੈਨੂੰ ਪਾਲਿਆ ਸੀ ਬੁਰਕੀ ਤੋੜ ਤੋੜ ਕੇ ਤੇਰੇ ਮੁੱਖ ਵਿੱਚ ਪਾਈ ਇਹ ਸਾਰੀ ਦੁਨੀਆ ਜਾਣਦੀ ਹੈ ਲਾਖੋ ਧਨ ਕੋ ਪਾਏ ਕਰ ਲਾਇਕ ਕੋ ਹੋਵਾ ਲੱਖਾਂ ਧਨ ਤੇਰੇ ਉੱਤੇ ਲਗਾ ਕੇ ਪੈਂਦੇ ਖਾਂ ਤੈਨੂੰ ਇਸ ਲਾਇਕ ਬਣਾਇਆ ਕਿ ਪੈਂਦੇ ਖਾਂ ਯੋਧਾ ਬਣੇ ਅਬ ਤਿੰਨ ਕੀ ਮਹਿਮਾ ਸੁਣੇ ਜਨ ਸੂਲ ਪਰੋਵਾ ਹੁਣ ਉਹਨਾਂ ਦੀ ਮਹਿਮਾ ਸੁਣ ਕੇ ਮਾਨੋ ਤੇਰੇ ਅੰਦਰ ਸੂਲ ਚੜ ਗਿਆ ਹੈ ਜਿਵੇਂ ਸੂਲ ਚੁਭਦਾ ਹੋਵੇ ਕੰਡਾ ਚੁਭਦਾ ਹੋਵੇ ਤੇਰੇ ਅੰਦਰ ਕੰਡਾ ਚੁਭ ਰਿਹਾ ਹੈ ਮੇਰੇ ਉਧਰ ਕਰਾਓ ਹੈ ਕੈ ਅੰਤਰ ਤੇਰੇ ਦੱਸ ਪੈਂਦੇ ਖਾਂ ਏਕੜਾ ਮੇਰੇ ਅੰਦਰ ਗਿਆ ਜਾਂ ਤੇਰੇ ਅੰਦਰ ਗਿਆ ਹੈ ਤੂੰ ਗੱਲਾਂ ਕਰਦੇ ਵੀ ਗੁਰੂ ਸਾਹਿਬ ਦਾ ਕਿਹੜਾ ਤੂੰ ਖਾ ਲਿਆ ਚਲੋ ਮੈਂ ਤੇ ਖਾਇਆ ਹੀ ਹੈ ਕੁਤਬ ਖਾਂ ਕਹਿਣ ਲੱਗਾ ਮੈਂ ਤਾਂ ਵਡਿਆਈ ਕਰਾਂਗਾ ਉਹਨਾਂ ਦੀ ਸਾਰੀ ਦੁਨੀਆਂ ਜਾਣਦੀ ਤੂੰ ਕਿਹੜਾ ਪ੍ਰਸ਼ਾਦ ਜ਼ਿਆਦਾ ਖਾਇਆ ਹੈ ਰੋਜ਼ ਗੱਫੇ ਭਰ ਭਰ ਖਾਂਦਾ ਸੀ ਰੋਜ਼ ਮੱਖਣ ਕੜਾ ਦੁੱਧ ਘਿਓ ਸਭ ਕੁਛ ਤੈਨੂੰ ਮਿਲਦਾ ਸੀ ਤੇ ਦੱਸ ਪੈਂਦੇ ਖਾਂ ਕਿਹੜਾ ਤੂੰ ਖਾਇਆ ਜਾਂ ਮੈਂ ਖਾਇਆ ਹੈ ਹਿੰਦੂ ਤੁਰਕ ਇਹ ਸਭ ਲੱਖੇ ਬਹੁ ਬਰਖਨ ਹਿੰਦੂ ਵੀ ਤੁਰਕ ਇਹ ਸਭ ਜਾਣਦੇ ਹਨ ਕਿ ਕਈ ਸਾਲਾਂ ਤੋਂ ਸਭ ਨੇ ਵੇਖਿਆ ਵੀ ਹੈ ਹਿਤ ਕੋ ਬਾਤ ਨ ਮਾਨ ਤੋ ਕੈ ਤਰਕ ਸੁਣਾਵੇ ਸਾਰੇ ਜਾਣਦੇ ਹਨ ਕਿ ਪੈਂਦੇ ਖਾਂ ਨੂੰ ਮਹਾਰਾਜ ਨੇ ਆਪ ਪਾਲਿਆ ਹੈ ਤੇ ਅੱਜ ਪੈਂਦੇ ਖਾਂ ਤੂੰ ਆਪਣੇ ਭਲੇ ਦੀ ਗੱਲ ਨਹੀਂ ਸੁਣ ਰਿਹਾ ਬਸ ਆਪਣੀ ਉਲਟ ਗੱਲ ਨੂੰ ਜਾਣਦਾ ਕਿ ਸਾਰੇ ਗੁਰੂ ਮਹਾਰਾਜ ਦੇ ਵਿਰੁੱਧ ਹੋ ਜਾਣ ਮੇਰੇ ਨਾਲ ਹੋ ਜਾਣ ਨਹੀਂ ਪੈਂਦੇ ਖਾਂ ਅਜੇ ਵੀ ਸਮਾਂ ਹੈ ਆਪਣੇ ਭਲੇ ਦੀ ਗੱਲ ਨੂੰ ਸਮਝ ਲੈ ਗਾਰਿਓ ਲਸ਼ਕਰ ਸ਼ਾਹ ਕੋ ਤਿਸ ਕੋ ਤੂੰ ਕਾਵੇ ਦੇਖੋ ਪਹਿਲਾਂ ਤਿੰਨ ਵਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਤਨਾ ਨਾਉ ਲਸ਼ਕਰ ਆਇਆ ਬਾਦਸ਼ਾਹ ਦਾ ਤੇ ਮਹਾਰਾਜ ਨੇ ਸਾਰਾ ਗਾਰ ਛੱਡਿਆ ਖਤਮ ਕਰ ਛੱਡਿਆ ਜੋ ਅੜਿਆ ਸੋ ਝਾੜ ਕੇ ਪਰੇ ਮਾਰਿਆ ਮਹਾਰਾਜ ਨੇ ਤੇ ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋ ਉਹਨਾਂ ਦੇ ਵਿਰੁੱਧ ਲੋਹਾ ਉਠਾਵੇਗਾ ਜੰਗ ਕਰੇਗਾ ਤੇ ਦੇਖ ਲਈ ਪੈਂਦੇ ਖਾਂ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜ ਜੋਧਾ ਬਹੁ ਪਰਉਪਕਾਰੀ ਐਸੇ ਜੋਧੇ ਹਨ ਐਸੀ ਹੀ ਬੁੱਧ ਠਾਨ ਕੇ ਨਿਜ ਕਾਜ ਵਿਗਾੜਾ ਤੇਰੀ ਇਹੀ ਬੁੱਧੀ ਨੇ ਪਹਿਲੇ ਸਾਡੇ ਕਈ ਕਾਜ ਵਿਗਾੜੇ ਹਨ ਤੇ ਧਿਆਨ ਰੱਖੀ ਅੱਗੇ ਵੀ ਕਾਰਜ ਕਈ ਵਿਗੜਨਗੇ ਲਗਤਾ ਬਡਤਾ ਨੇ ਲਖੇ ਉਰ ਵਦ ਹੰਕਾਰਾ ਨਹੀਂ ਜਾਣਦਾ ਕਿ ਲਗਤਾ ਕੀ ਹੈ ਬੜਤਾ ਕੀ ਹੈ ਛੋਟਾ ਕੀ ਹੈ ਵੱਡਾ ਕੀ ਹੈ ਆਪਣਾ ਕੌਣ ਹੈ ਬਗਾਨਾ ਕੌਣ ਹੈ ਤੂੰ ਨਹੀਂ ਜਾਣਦਾ ਕਿ ਜਿਹਦੇ ਮਨ ਵਿੱਚ ਅਹੰਕਾਰ ਹੋਵੇ ਤੇ ਅਹੰਕਾਰ ਨਹੀਂ ਜਾਣਦਾ ਕਿ ਮੈਂ ਨੀਵਾਂ ਹੋ ਜਾਵਾਂ ਅਹੰਕਾਰ ਕਹਿੰਦੇ ਮੈਂ ਵੱਡਾ ਹੀ ਰਵਾਂ ਇਸ ਕਰਕੇ ਪੈਂਦੇ ਖਾਂ ਤੂੰ ਅਹੰਕਾਰਿਆ ਗਿਆ ਹੈ ਦੀਨ ਬਨਤਿਆ ਗੇ ਸਬਨ ਪੁਨ ਜਾਏ ਪੁਕਾਰੂ ਸਭਨਾ ਦੇ ਅੱਗੇ ਦੀਨ ਬਣ ਬਣ ਕੇ ਬੇਨਤੀ ਕਰਦੇ ਇਹ ਦੇਖ ਲੈ ਇਹ ਨੀਵਾਂ ਹੋ ਰਿਹਾ ਕਿ ਵੱਡਾ ਹੋ ਰਿਹਾ
सब जगह नीवा हो रहा पैंदे खां ते जाके पुकार करेगा बादशाह कोल गुरु मार दे विरुद्ध ए गल चंगी नहीं है। ए बात आछी लखी खावंद को मारू ए गल तू चंगी जानी है कि जिस नु तू खांदा सी अपने मालक दा नमक अज उन्हां विरुद्ध जंग करन जा रहा पैंदे खां तेरे मन विच यही गल है पर मैं तेनु सलाह दे रहा हां भी इस गल नु छड़ दे। कनी बकरता गिरा सुन पैंदे दुख पायो पैंदे खां ने एक गल सुनी ना कुतुब खां तो अपने विरुद्ध जेड़े बचन ओदे मुख तो आ रहे हैं ना मेरे विरुद्ध आ रहे हैं जदों ए बचन सुने पैंदे खां ने ते पैंदे खां बड़ा दुखी हो रहा है। नीच गरीब लज्जित पयो कुछ बोल न आयो पैंदे खां इन्हें गर्दन अपनी नीवी कर ली खालसा जी हुण की बोले जेड़ा बंदा अपनी गलती जानदा होवे अपनी गर्दन नीवी कर लैंदा है कि मेरी गलती है ते लज्जावान होके पैंदे खां बिलकुल मुख नीवा करके एदे मुख तो कोई वचन नहीं बाहर आ रहा। रिदे बिचारे कुतुब खां सब मिले पठाना उधर कुतुब खां बड़ा सियाणा भी सी हुण है तां मुसलमान पठान ही है। कुतुब खां सोचन लगा कि सारे ए मेरे भरा मिल के मेरे कोल आए हन सब हो मिल मसलत करी हजरत टिड जाना सबना ने मिल के सलाह कीती है भी असी सारे मिल के बादशाह शाह जाव कुल पुकार करन चलिए बुरा न भला बिचारे मुझ टिड चल आए इन्होंने अपना बुरा नहीं विचारिया भला नहीं विचारिया अपने चंगे बुरे बारे नहीं विचार कीती इन्होंने ते इस करके चल के मेरे कोल आए हन पयो समा इन गार की अस जानी जाए कुतुब खां विचार कर रहे अपने मन विच हुण यही समझ आ रही है मैनू कि इन्हां दा समा हुण गर्क होण वाला है ए जिहड़े पठान आए हन ए सब गर्क हो जाणगे इही मन च मेरे विचार आ रही है। क्यों सब की कहवत सो हित की कह बानी मैं क्यों बुरा चाहवां इन्हां दा इन्हां दे भले दी गल कर देवां जे मरना ही इन्हां ने ते छेती मार देवां इन्हां नूं जे इन्हां ने मरना ही है अपना भला नहीं चाहुंदे ते इन्हां दी गल भी मैं कर देवां जिम मत है सगरेन को तिम करो बखानी इन्हां सारिआं दी मत है 500 जिहड़े पठान आए इन्हां दी इही मत है ना कि असीं गुरु मार दे विरुद्ध युद्ध करांगे ते चलो मैं इन्हां दी गल करां चलो भरावो तुसीं इही काम कर लवो एव विचारत चित होतो तब पेंदे उचारी खालसा जी इस तरह एक कुतुब खां ने अपने मन च विचार करके ना चंगी तरह सोच लो भी इन्हां दा हित करना ही करना है ते उधर पेंदे खां कहण लगा लख लायक को प्रात हम टिड आए तुम्हारी पेंदे खां कहण लगा कुतुब खां असी तां इही जान के तेरे कोल आए सी वी साडा भरा है ते भरा ते बाहवां हुंदियां ए सियाणे दी कहावत है कि भरा बाहवां हुंदियां जे भरा बाहवां नहीं ते भरा भी नहीं खालसा जी इस करके तै कुतुब खां असी इही जान के तेरे कोल आए सी कि तू साडा भरा है चल पहुंचे तर मान को तैं कर अपमाना असी तां मान करके तेरे कोल आए सी कि पेंदे खां दा भरा एक कुतुब खां भी है ओ साडी मान इज्जत रखेगा पर तू साडा की मान रखिया साडा अपमान ही करी जा रहा है। प्रातन की तज कान को गुरस जस बखाना कुतुब खां तू भरावां दी आन छड के भरावां दा कया छड के तू गुरु मार दी वड्याई कर रहा है। कुतुब खां कै सच तू पर लो बिचारी कुतुब खां कहण लगा पेंदे खां गल तां एही है ए मन चंगी तरह विचार कर ला सच्ची गल तां एही है। दीन ईमान पछान के मैं बात उचारी ए मेरा दीन ईमान एही है
मेरे धर्म की गल यही कहनी है कि धर्म यही है ना कि जिदा नमक खाइए तो नमक खा के हराम ना बनिए। यह धर्म की पहली शर्त है। इस करके पौंदे खां तो कुतुब खां की आवाज अंदरों आ रही है। यह दीन की आवाज है, इस्लाम की आवाज है कि जिदा नमक खाइए नमक हराम ना बनिए। जिन्हों दिया खावत रे तिन मारन चाह। जो तेनों देंदे रे देंदे रे तू ओदा खा खा के वड्डा होया पेंदे खां ते अज उन्हां दे विरुद्ध जंग करन नूं जा रहा है, उन्हां नूं मारना चाहुंदा है। कहो ईमान तब कितरे और दीन भुला। दसो पेंदे खां तेरा मान किथे गया, तेरा धर्म किथे गया, तू धर्म नूं भुला के अधर्मी बन गया है। कै पैंदा सुन प्रात जी त्यागियो ना ईमाना। पेंदे खां फिर झूठ बोलन लगा। पेंदे खां कहन लगा भरावा सुन, मैं अपना धर्म नहीं छड़िया। सदा दीन की बात पर हम है सावधाना। असी हमेशा ही दीन दी गल ते सावधान रहने हैं। जिथे दीन धर्म दी गल होवे इस्लाम दी गल होवे असी सुचेत होके पहरा देने हां। छीन वस्त गुर सरबरी की नस त्रिस तारा। गुरु महाराज जी ने तो सारी वस्तुआं खो लिया हन ते मेरा तिरस्कार किया है, पर यह नहीं खालसा जीओ। ਇਹ ਇੱਥੇ ਵੀ ਝੂਠ ਬੋਲਦਾ ਪੈਂਦੇ ਖਾਂ ਕਿ ਗੱਲ ਗੱਲ ਤੇ ਝੂਠ ਬੋਲਦਾ, ਇਹ ਧਰਮ ਨਹੀਂ ਹੈ ਕੁਝ ਜਿਹੜਾ ਝੂਠ ਬੋਲਣਾ, ਇਹੀ ਅਧਰਮ ਹੈ ਖਾਲਸਾ ਜੀ। ਉਹ ਤੇ ਪੈਂਦੇ ਖਾਂ ਕਹਿਣ ਲੱਗਾ ਦੇਖੋ ਕੁਤਬ ਖਾਂ ਜੀ, ਜੋ ਵਸਤੂ ਦਿੱਤੀ ਮਹਾਰਾਜ ਜੀ ਨੇ ਮੇਰੇ ਤੋਂ ਖੋ ਵੀ ਲਈ ਤੇ ਮੇਰਾ ਕਿਤਨਾ ਅਪਮਾਨ ਕੀਤਾ ਹੈ। ਹਿੰਦੂ ਗਾਰ ਉਚਾਰ ਤੇ ਮੁਝ ਵੈਰ ਨਿਕਾਰਾ। ਸਭ ਹਿੰਦੂ ਹਨ, ਇਹਨੂੰ ਕੀ ਪਤਾ ਵੀ ਹਿੰਦੂ ਤੇ ਨਹੀਂ, ਇਹ ਖਾਲਸਾ ਪੰਥ ਦਾ ਖਾਲਸਾ ਜੀ ਉਹਨਾਂ ਦੀ ਅਜੇ ਅੱਗੇ ਪੈਦਾਇਸ਼ ਹੋਣ ਵਾਲੀ ਹੈ। ਇਹ ਉਹ ਹਨ ਰੱਬ ਦੇ ਪਿਆਰੇ ਜਿਹੜੇ ਸਭ ਤੋਂ ਨਿਆਰੇ ਹਨ, ਪਰ ਆਪਣੇ ਵੱਲੋਂ ਕਹਿ ਰਿਹਾ ਹੈ ਤੇ ਕਹਿਣ ਲੱਗਾ ਇਹ ਸਾਰੇ ਹਿੰਦੂ ਹਨ ਤੇ ਇਹਨਾਂ ਨੇ ਆਪਣੇ ਧਰਮ ਦੀ ਗੱਲ ਕਰਨੀ ਹੈ, ਮੇਰੀ ਗੱਲ ਨਹੀਂ ਕਰਨੀ। ਲਾਕੋ ਪ੍ਰਾਤਨ ਪ੍ਰਾਤ ਮੈਂ ਕਿਮ ਜਾਏ ਸਹਾਰੇ। ਦੇਖਣਾ ਮੇਰੇ ਲੱਖਾਂ ਵੀ ਭਰਾ ਹਨ ਤੇ ਮੈਂ ਆਪਣੇ ਭਰਾਵਾਂ ਵਿੱਚ ਕਿਵੇਂ ਇਹਨਾਂ ਹਿੰਦੂਆਂ ਦੀ ਗੱਲ ਨੂੰ ਸਹਾਰ ਲਵਾਂਗਾ। ਜਾਵਦ ਕਰਕੇ ਜੰਗ ਕੋ ਗੁਰ ਲੈ ਹੋ ਮਾਰੇ। ਇਤਨੀ ਦੇਰ ਤੱਕ ਮੈਂ ਜੰਗ ਨਹੀਂ ਕਰਾਂਗਾ, ਜੰਗ ਵਿੱਚ ਗੁਰੂ ਮਹਾਰਾਜ ਨੂੰ ਨਹੀਂ ਮਾਰਾਂਗਾ। ਹੁਣ ਦੁਸ਼ਮਨ ਹੈ ਸ਼ਾਹ ਕੋ ਸ਼ੁਭ ਘਾਤ ਵਿਚਾਰੀ। ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਦੇ ਦੁਸ਼ਮਣ ਹਨ ਸ਼ਾਹਜਹਾਂ ਦੇ, ਤੇ ਇਹ ਵੀ ਗੱਲ ਮੈਂ ਚੰਗੀ ਤਰ੍ਹਾਂ ਵਿਚਾਰ ਕਰ ਲਈ ਹੈ। ਖਾਨ ਪੰਚ ਸੈ ਮਿਲ ਗਏ ਅਬ ਨਿਕਟ ਤੁਮਾਰੀ। ਐ ਕੁਤਬ ਖਾਂ, ਹੁਣ ਅਸੀਂ 500 ਖਾਨ ਮਿਲ ਕੇ ਪਠਾਨ ਮਿਲ ਕੇ ਤੁਹਾਡੇ ਕੋਲ ਆਏ ਹਾਂ। ਉਤਸ਼ਾਹ ਸਹਾਰੇ ਕੋ ਮਿਲ ਹਜ਼ਰਤ ਸੰਗਾ। ਸਾਨੂੰ ਉਤਸ਼ਾਹ ਦੇ, ਸਾਨੂੰ ਹੌਸਲਾ ਦੇ ਕਿ ਅਸੀਂ ਬਾਦਸ਼ਾਹ ਕੋਲ ਜਾਈਏ ਮਿਲ ਕੇ ਤੇ ਉੱਥੇ ਫਰਿਆਦ ਕਰੀਏ। ਜਿਸ ਤੇ ਲਸ਼ਕਰ ਲੈ ਵੱਡੋ ਥਾਨੋ ਬੋ ਜੰਗਾ। ਇਸ ਕਰਕੇ ਅਸੀਂ ਬਾਦਸ਼ਾਹ ਤੋਂ ਲਾਓ ਲਸ਼ਕਰ ਲੈ ਕੇ, ਫੌਜਾਂ ਲੈ ਕੇ, ਘੋੜੇ ਲੈ ਕੇ, ਤੋਪਾਂ ਲੈ ਕੇ, ਬੰਦੂਕਾਂ ਲੈ ਕੇ, ਸਾਰੀ ਸਮੱਗਰੀ ਲੈ ਕੇ ਜੰਗ ਦੀ ਤੇ ਗੁਰੂ ਮਾਰ ਦੇ ਵਿਰੁੱਧ ਜੰਗ ਕਰੀਏ। ਹਿਮ ਪੈਂਦਾ ਜਬ ਦੀਨ ਪਾ ਸਿੱਖ ਕੁਤਬ ਉਚਾਰਾ। ਉਸ ਤਰ੍ਹਾਂ ਪੈਂਦੇ ਖਾਂ ਬੜਾ ਦੀਨ ਹੋਇਆ ਨਾ, ਨਿਮਰਤਾ ਵਿੱਚ ਆਇਆ, ਇਹ ਵੇਖ ਕੇ ਕੁਤਬ ਖਾਂ ਕਹਿਣ ਲਗਾ ਮੈਂ ਚਿੰਤਾ ਚਿਤ ਮੈਂ ਧਰੋ ਬਨ ਕਾਜ ਤੁਮਾਰਾ। ਪੈਂਦੇ ਖਾਂ ਮਨ ਵਿੱਚ ਚਿੰਤਾ ਨਾ ਕਰ, ਚਲੋ ਤੂੰ ਨੀਵਾਂ ਹੋ ਹੀ ਗਿਆ, ਹੁਣ ਮੇਰੇ ਕੋਲ ਆ ਹੀ ਗਏ ਤੇ ਜਿਹੜਾ ਕਿਸੇ ਦੀ ਸ਼ਰਨ ਆਵੇ ਉਹਦੀ ਬਾਂਹ ਫੜਨੀ ਚਾਹੀਦੀ ਹੈ। ਤੇ ਪੈਂਦੇ ਖਾਂ ਤੂੰ ਮੇਰੇ ਕੋਲ ਆਇਆ ਹੈ ਤੇ ਮੈਂ ਤੇਰੀ ਬਾਂਹ ਫੜਨ ਨੂੰ ਤਿਆਰ ਹਾਂ, ਤੇਰੇ ਨਾਲ ਜਾਵਾਂਗਾ। ਬਨੋ ਸਹਾਇਤ ਸਗਲ ਬਿਦ ਬਲ ਜੇਤ ਤਮੋਈ। ਜਿਤਨਾ ਬਲ ਮੇਰੇ ਵਿੱਚ ਹੈ ਉਤਨੀ ਤੇਰੀ ਮੈਂ ਸਹਾਇਤਾ ਜ਼ਰੂਰ ਕਰਾਂਗਾ।
ਤੈਨੂੰ ਦੇਖਾਂ ਮੈਂ ਤੇਰੀ ਬਾਂਹ ਫੜ ਰਿਹਾ ਹਾਂ, ਜਿਤਨਾ ਬਲ ਮੇਰੇ ਵਿੱਚ ਹੈ ਤੇ ਉਤਨੀ ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। ਹਜ਼ਰਤ ਸੰਗ ਮਿਲਾਏ ਕਰ ਕਹਿ ਮਹਿਮਾ ਤੋਹੀ, ਮੈਂ ਬਾਦਸ਼ਾਹ ਕੋਲ ਤੈਨੂੰ ਮਿਲਾਵਾਂਗਾ, ਕਹਾਂਗਾ ਬਾਦਸ਼ਾਹ ਜੀ ਇਹ ਵੱਡਾ ਯੋਧਾ ਹੈ, ਪੈਣ ਦੇਖਾਂ ਇਹਦੇ ਵਰਗਾ ਕੋਈ ਹੋਰ ਯੋਧਾ ਨਹੀਂ, ਇਸ ਤਰ੍ਹਾਂ ਪੈਣ ਦੇਖਾਂ ਤੇਰੀ ਵਡਿਆਈ ਵੀ ਕਰਾਂਗਾ ਬਾਦਸ਼ਾਹ ਦੇ ਕੋਲ ਜਾ ਕੇ। ਤੁਮ ਸਭ ਗਮ ਨੂੰ ਅਗਰ ਅਬ ਮੈਂ ਆਏ ਪਿੱਛੇ ਰੇ, ਇਹ ਪੈਣ ਦੇਖਾਂ ਆਪਣੇ 500 ਇਹ ਯੋਧੇ ਲੈ ਕੇ ਤੂੰ ਬਾਦਸ਼ਾਹ ਵੱਲ ਤੁਰ, ਲਾਹੌਰ ਵੱਲ ਚੱਲ, ਮੈਂ ਤੁਹਾਡੇ ਪਿੱਛੇ ਪਿੱਛੇ ਹੀ ਆ ਰਿਹਾ ਹਾਂ। ਸ਼ਾਹ ਮਾਨ ਇਸ ਬਾਤ ਕੋ ਦੇ ਸੈਨ ਬਡੇਰੇ, ਬਾਦਸ਼ਾਹ ਤੇਰੀ ਗੱਲ ਨੂੰ ਜ਼ਰੂਰ ਮੰਨੇਗਾ ਤੇ ਗੱਲ ਨੂੰ ਮੰਨ ਕੇ ਤੈਨੂੰ ਬੜੀ ਫੌਜ ਲਾਓ ਲਸ਼ਕਰ ਦੇਵੇਗਾ। ਕਰਿਓ ਬਹੁਤ ਨੁਕਸਾਨ ਗੁਰ ਮਾਰੇ ਉਮਰਾਓ, ਬਾਦਸ਼ਾਹ ਜਾਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਬੜੀ ਫੌਜ ਮਾਰੀ ਹੈ, ਬਹੁਤ ਲਾਓ ਲਸ਼ਕਰ ਬਹੁਤ ਵਜ਼ੀਰ ਮਾਰੇ ਹਨ। ਬਾਜ ਅਰ ਬਾਜੀ ਰੱਖੇ ਲਰ ਬਿਨ ਤਰਾਸ ਸੁਭਾਓ, ਗੁਰੂ ਮਹਾਰਾਜ ਨੇ ਬਾਦਸ਼ਾਹ ਦਾ ਬਾਜ ਵੀ ਰੱਖਿਆ ਸੀ, ਘੋੜਾ ਵੀ ਰੱਖਿਆ ਸੀ ਤੇ ਬਿਨਾਂ ਲਾਜ ਤੋਂ ਗੁਰੂ ਮਹਾਰਾਜ ਵਿਰੁੱਧ ਉਹ ਲੜਦਾ ਹੀ ਰਿਹਾ ਸੀ। ਗੁਰੂ ਮਹਾਰਾਜ ਲਾਜ ਨਹੀਂ ਕੀਤੀ ਬਾਦਸ਼ਾਹ ਦੀ, ਇਹ ਗੁਰੂ ਹਰਗੋਬਿੰਦ ਸਾਹਿਬ ਕਿਸੇ ਦੀ ਲਾਜ ਰੱਖਣ ਵਾਲੇ ਨਹੀਂ, ਇਸ ਕਰਕੇ ਬਾਦਸ਼ਾਹ ਜਾਣਦਾ ਹੈ। ਯਾ ਤੇ ਜਾਨੀ ਪਰਤ ਹੈ ਦੇ ਲਸ਼ਕਰ ਸੰਗਾ, ਇਸ ਕਰਕੇ ਐ ਪੈਂਦੇ ਖਾਂ ਮੇਰੇ ਮਨ ਦੀ ਇਹੀ ਆਵਾਜ਼ ਅੰਦਰੋਂ ਆ ਰਹੀ ਹੈ ਕਿ ਬਾਦਸ਼ਾਹ ਤੇਰੇ ਨਾਲ ਜ਼ਰੂਰ ਫੌਜਾਂ ਭੇਜੇਗਾ, ਗੁਰੂ ਮਹਾਰਾਜ ਵਿਰੁੱਧ ਜ਼ਰੂਰ ਜੰਗ ਕਰੇਗਾ ਕਿਉਂਕਿ ਗੁਰੂ ਮਹਾਰਾਜ ਬਾਦਸ਼ਾਹ ਦੇ ਵਿਰੋਧੀ ਹਨ। ਬਨੇ ਬਡਾਈ ਤੋਏ ਕੋ ਕਰ ਸਨਮੁਖ ਜੰਗਾ, ਐ ਪੈਂਦੇ ਖਾਂ ਇਹ ਵਡਿਆਈ ਤੈਨੂੰ ਮਿਲੇਗੀ, ਤੂੰ ਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਯੁੱਧ ਕਰੇਗਾ, ਉਹਨਾਂ ਨੂੰ ਮਾਰੇਗਾ ਤੇ ਤੈਨੂੰ ਬਾਦਸ਼ਾਹ ਕਹੇਗਾ ਸ਼ਾਬਾਸ਼ ਪੈਂਦੇ ਖਾਂ, ਤੈਨੂੰ ਸ਼ਾਬਾਸ਼ ਹੈ। ਸੁਣ ਪੈਂਦੇ ਆਨੰਦ ਲਏ ਤੈ ਕਰੀ ਬਡਾਈ, ਇਹ ਗੱਲ ਸੁਣ ਕੇ ਪੈਂਦੇ ਖਾਂ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ, ਕਹਿਣ ਲੱਗਾ ਵਾਹ ਕੁਤਬ ਖਾਂ ਤੂੰ ਮੇਰੀ ਬੜੀ ਵਡਿਆਈ ਕੀਤੀ ਹੈ। ਧੰਨ ਧੰਨ ਤੂੰ ਕੁਤਬ ਖਾਂ ਇਮਹੀ ਬਣ ਆਈ, ਕੁਤਬ ਖਾਂ ਤੂੰ ਧੰਨ ਹੈ ਤੂੰ ਧੰਨ ਹੈ, ਮੇਰਾ ਮਨ ਇਹੀ ਚਾਹੁੰਦਾ ਸੀ ਕਿ ਮੇਰਾ ਭਰਾ ਮੇਰਾ ਸਾਥ ਦੇਵੇ ਤੇ ਕੁਤਬ ਖਾਂ ਅੱਜ ਤੂੰ ਮੇਰਾ ਸਾਥ ਦਿੱਤਾ ਹੈ, ਤੇਰੀ ਇਹੀ ਵਡਿਆਈ ਬਣੀ ਰਵੇ। ਰਾਤਨ ਮੈਂ ਸਿਰ ਮੋਰ ਹੈ ਸਭ ਕੀ ਤੋ ਲਾਜਾ, ਐ ਕੁਤਬ ਖਾਂ ਤੂੰ ਭਰਾਵਾਂ ਵਿੱਚ ਸਿਰਮੋਰ ਭਰਾ ਹੈ, ਭਰਾ ਹੋਵੇ ਤੇ ਐਸਾ ਹੋਵੇ ਜਿਹੜਾ ਲੋੜ ਵੇਲੇ ਬਾਂਹ ਫੜੇ, ਇਸ ਕਰਕੇ ਕੁਤਬ ਖਾਂ ਤੂੰ ਮੇਰਾ ਸੰਗੀ ਸਾਥੀ ਵੀ ਹੈ ਮੇਰਾ ਭਰਾ ਵੀ ਹੈ। ਲਾਇਕ ਹੈ ਸਭ ਬਾਤ ਕੋ ਅਸ ਕਰ ਬੇਕਾਜਾ, ਤੂੰ ਸਾਰੇ ਗੱਲ ਸਾਰੇ ਕੰਮਾਂ ਦੇ ਲਾਇਕ ਹੈ ਕੁਤਬ ਖਾਂ, ਤੇ ਇਹੀ ਕਾਰਜ ਹੈ ਹੁਣ ਅਸੀਂ ਮਿਲ ਕੇ ਗੁਰੂ ਮਹਾਰਾਜ ਦੇ ਵਿਰੁੱਧ ਜੰਗ ਕਰੀਏ। ਦੀਨੀ ਕਸਮ ਕੁਰਾਨ ਕੀ ਆਓ ਸੈ ਸਾਈ, ਐ ਕੁਤਬ ਖਾਂ ਤੈਨੂੰ ਕੁਰਾਨ ਦੀ ਕਸਮ ਹੈ ਤੂੰ ਪਿੱਛੇ ਪਿੱਛੇ ਆ ਜੀ। ਤੇ ਕੁਤਬ ਖਾਂ ਕਹਿਣ ਲੱਗਾ ਹਾਂ ਫਿਕਰ ਨਾ ਕਰ ਮੈਨੂੰ ਕੁਰਾਨ ਦੀ ਕਸਮ ਹੈ ਮੈਂ ਛੇਤੀ ਤੇਰੇ ਪਿੱਛੇ ਆ ਰਿਹਾ ਹਾਂ। ਸਰੇ ਨ ਤਾਰਜ ਤੁਝ ਬਿਨਾ ਕਰ ਬੁੱਧੀ ਉਪਾਈ, ਪੈਂਦੇ ਖਾਂ ਕਹਿਣ ਲੱਗਾ ਕੁਤਬ ਖਾਂ ਤੇਰੇ ਬਿਨਾਂ ਮੇਰਾ ਕਾਰਜ ਨਹੀਂ ਸੰਭਣਾ, ਤੂੰ ਬਹੁਤ ਬੁੱਧ ਵਾਲਾ ਹੈ ਬਹੁਤ ਬਲ ਵਾਲਾ ਹੈ, ਬੁੱਧ ਬਲ ਕਰਕੇ ਸਾਰੇ ਕਾਰਜ ਮੇਰੇ ਸਵਾਰ ਦੇ। ਬਾਂਧ ਅਹਿਦ ਇਸ ਰੀਤ ਸੋ ਪੈਂਦੇ ਕਰ ਤਿਆਰੀ, ਇਸ ਤਰ੍ਹਾਂ ਪੈਂਦੇ ਖਾਂ ਨੇ ਅਤੇ ਕੁਤਬ ਖਾਂ ਨੇ ਖਾਲਸਾ ਜੀਓ ਆਪਸ ਵਿੱਚ ਕਸਮ ਖਾ ਲਈ, ਸਾਨੂੰ ਕੁਰਾਨ ਦੀ ਕਸਮ ਹੈ ਤੇ ਅਸੀਂ ਜ਼ਰੂਰ ਇਕੱਠੇ ਹੋ ਕੇ ਗੁਰੂ ਦੇ ਵਿਰੁੱਧ ਯੁੱਧ ਕਰਾਂਗੇ, ਤੇ ਐ ਪੈਂਦੇ ਖਾਂ ਮੈਂ ਬਾਦਸ਼ਾਹ ਕੋਲ ਤੇਰੀ ਪੁਕਾਰ ਵੀ ਕਰਾਂਗਾ ਕਿ ਬਾਦਸ਼ਾਹ ਜੀ ਇਹ ਬੰਦਾ ਚੰਗਾ ਹੈ ਇਹ ਬੰਦਾ ਯੋਧਾ ਹੈ, ਇਹਦੇ ਵਰਗਾ ਹੋਰ ਯੋਧਾ ਕੋਈ ਨਹੀਂ,
ਇਸ ਤਰ੍ਹਾਂ ਦੋਵਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਕੁਰਾਨ ਦੀ ਕਸਮ ਖਾਈ ਹੈ। ਸੰਗ ਖਾਨ ਲੈ ਪਾਚ ਸੈ ਹਿਤ ਕਰਤੀ ਉਚਾਰੀ, ਕਹਿੰਦੇ ਖਾਂ ਆਪਣੇ ਨਾਲ 500 ਆਪਣੇ ਜੋਧੇ ਲੈ ਕੇ ਇਸ ਤਰ੍ਹਾਂ ਕੁਤਬ ਖਾਂ ਦੀ ਵਡਾਈ ਕਰਦਾ ਹੋਇਆ। ਮਸਲਤ ਠਾਨ ਦਮਾਦ ਸੋ ਹੋਏ ਕਾਜ ਹਮਾਰੇ, ਆਪਣੇ ਦਮਾਦ ਅਸਮਾਨ ਖਾਨ ਨਾਲ ਸਲਾਹ ਮਸ਼ਵਰਾ ਕਰ ਕਹਿਣ ਲਗਾ, ਅਸਮਾਨ ਖਾਂ ਦੇਖ ਹੁਣ ਸਾਡਾ ਕੰਮ ਛੇਤੀ ਹੋ ਜਾਵੇਗਾ। ਲਵਪੁਰ ਕੇ ਮਾਰਗ ਪਰੇ ਨਿਸਠਾਨੇ ਡੇਰਾ, ਸਾਰੇ ਹੀ ਅਸਮਾਨ ਖਾਂ ਵੀ ਪੈਂਦੇ ਖਾਂ ਵੀ ਇਹਦੇ 500 ਯੋਧੇ ਵੀ ਇਕੱਠੇ ਹੋ ਕੇ ਨਾ ਖਾਲਸਾ ਜੀ ਉਹ ਲਾਹੌਰ ਦੇ ਰਸਤੇ ਪੈ ਗਏ ਹਨ। ਜਥਾ ਕ੍ਰਮ ਸਭ ਉਲੰਘ ਕਰ ਪਿਖ ਨਦਰ ਬਡੇਰਾ, ਸਹਿਜ ਸਹਿਜ ਪੈਂਦਾ ਤੈਅ ਕਰਦੇ ਕ੍ਰਮ ਕ੍ਰਮ ਅੱਗੇ ਜਾਂਦੇ ਹੋਏ ਲਾਹੌਰ ਪਹੁੰਚ ਰਹੇ ਹਨ ਖਾਲਸਾ ਜੀ। ਉਤਰੇ ਸੁੰਦਰ ਥਲ ਪਿਖਿਓ ਬਿਸਰਾਮਤ ਹੋਏ, ਲਾਹੌਰ ਪਹੁੰਚੇ ਦਾ ਸੋਹਣਾ ਸਥਾਨ ਦੇ ਕੇ ਉੱਥੇ ਟਿਕਾਣਾ ਕੀਤਾ ਇਹਨਾਂ ਨੇ ਤੇ ਉੱਥੇ ਆਪਣੀ ਥਕਾਵਟ ਦੂਰ ਕੀਤੀ ਹੈ। ਅਨਕ ਜਤਨ ਕੋ ਰਚਿਤ ਪੇ ਰਲ ਮਿਲ ਸਭ ਪੋਏ, ਲਾਹੌਰ ਪਹੁੰਚ ਕੇ ਬੜੇ ਯਤਨ ਕੀਤੇ ਇਹਨਾਂ ਨੇ ਕਿ ਸਾਡੀ ਬਾਦਸ਼ਾਹ ਨਾਲ ਮਿਲਾ ਬੁਕਾਰ ਹੋ ਜਾਵੇ, ਗੱਲਬਾਤ ਹੋ ਜਾਵੇ, ਮਿਲਣੀ ਹੋ ਜਾਵੇ, ਪਰ ਕੋਈ ਯਤਨ ਪੂਰਾ ਨਹੀਂ ਹੋ ਰਿਹਾ। ਕਿਮ ਪਹੁੰਚੇ ਹਮ ਸ਼ਾਹ ਟਿਗ ਚਿੰਤਾ ਵੱਡ ਤਾਰੀ, ਹੁਣ ਅਸਮਾਨ ਖਾਂ ਨੂੰ ਤੇ ਪੈਂਦੇ ਖਾਂ ਨੂੰ ਇਹ ਚਿੰਤਾ ਵੀ ਹੈ ਕਿ ਅਸੀਂ ਕਿਵੇਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗੇ, ਫਰਿਆਦ ਕਰਾਂਗੇ, ਸਾਨੂੰ ਕੌਣ ਮਨਾਵੇਗਾ ਬਾਦਸ਼ਾਹ ਨਾਲ, ਇਹਨਾਂ ਦੇ ਮਨ ਵਿੱਚ ਇਹੀ ਚਿੰਤਾ ਹੈ। ਅਰਜੀ ਕਿਸ ਉਮਰਾਵ ਨੇ ਤੈ ਨਹੀਂ ਉਚਾਰੀ, ਉੱਥੇ ਖਾਲਸੇ ਕਿਸੇ ਉਮਰਾਵ ਨੇ ਇਹਦੀ ਬੇਨਤੀ ਬਾਦਸ਼ਾਹ ਨੂੰ ਕੀਤੀ ਨਹੀਂ, ਕਿਉਂ ਨਹੀਂ ਕੀਤੀ ਅੱਗੇ ਦੱਸਦੇ ਹਨ। ਖਾਂ ਵਜ਼ੀਰ ਕੋ ਸੁਧ ਭਈ ਗੁਰ ਪਰ ਸੋ ਪੁਕਾਰੋ, ਉੱਥੇ ਇੱਕ ਸ਼ਰਧਾਲੂ ਰੱਬ ਦਾ ਪਿਆਰਾ ਹੈ ਵਜ਼ੀਰ ਖਾਂ, ਇਹ ਪੰਜਵੇਂ ਪਾਤਸ਼ਾਹ ਦਾ ਪਿਆਰਾ, ਸੁਖਮਨੀ ਸਾਹਿਬ ਦਾ ਪੰਜਾਬ ਰੋਜ ਕਰਨ ਵਾਲਾ, ਜਿਹਦੇ ਮਨ ਵਿੱਚ ਇਹੀ ਹੈ, ਇੱਕ ਬ੍ਰਹਮ ਬਿਰਤੀ ਹੈ ਤੇ ਸਤਿਗੁਰ ਦਾ ਸ਼ਰਧਾਲੂ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਇਹ ਜਾਣਦਾ ਹੈ ਕਿ ਪੈਂਦੇ ਖਾਂ ਬੇਫਜ਼ੂਲ ਗੁਰੂ ਮਾਰ ਦੇ ਵਿਰੁੱਧ ਜੰਗ ਕਰਨ ਵਾਸਤੇ ਇੱਥੇ ਫਰਿਆਦ ਕਰਨ ਆਇਆ ਹੈ। ਇਸ ਕਰਕੇ ਵਜ਼ੀਰ ਖਾਂ ਬਹੁਤ ਸਿਆਣਾ ਹੈ, ਉਹ ਸਭ ਨੂੰ ਇਹੀ ਕਹਿ ਰਿਹਾ ਹੈ। ਨਿਮਕ ਹਰਾਮੀ ਬਣ ਗਏ ਕੀ ਨਸ ਪ੍ਰਤੀਪਾਰੋ, ਇਸ ਪੈਂਦੇ ਖਾਂ ਨੇ ਗੁਰੂ ਮਹਾਰਾਜ ਦਾ ਨਮਕ ਖਾ ਕੇ ਨਮਕ ਹਰਾਮੀ ਬਣ ਗਿਆ ਹੈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਤਨੇ ਦਿਆਲੂ ਹਨ ਜਿਨ੍ਹਾਂ ਨੇ ਇਹਦੀ ਪ੍ਰਤਪਾਲਣਾ ਕੀਤੀ, ਪੁੱਤਰਾਂ ਤੋਂ ਵੱਧ ਇਹਨੂੰ ਪਾਲਿਆ, ਦੇ ਮੂੰਹ ਚ ਬੁਰਕਾ ਬੁਰਕੀਆਂ ਪਾਈਆਂ, ਦੁੱਧ ਪਿਲਾਇਆ ਇਹਨੂੰ, ਤੇ ਮਹਾਰਾਜ ਜੀ ਇਹਨੂੰ ਆਪ ਇਹਦੀ ਕੁਸ਼ਤੀ ਕਰਾਉਂਦੇ ਰਹੇ, ਇਹਦੀ ਮਹਾਰਾਜ ਜੀ ਆਪ ਇਹਨੂੰ ਵਧੀਆ ਪੋਸ਼ਾਕ ਦਿੰਦੇ ਰਹੇ, ਵਧੀਆ ਘੋੜਾ ਬਖਸ਼ਿਸ਼ ਕੀਤਾ ਮਹਾਰਾਜ ਨੇ, ਸਭ ਕੁਛ ਬਖਸ਼ਿਸ਼ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਉਹਨਾਂ ਵਿਰੁੱਧ ਇਹ ਜੰਗ ਕਰਨ ਵਾਸਤੇ ਇੱਥੇ ਆਇਆ ਹੈ। ਇਸ ਕਰਕੇ ਪੈਂਦੇ ਖਾਂ ਇਹ ਨਮਕ ਹਰਾਮ ਹੈ। ਬਰਜਿਓ ਸਭ ਉਮਰਾਵ ਕੋ ਅਰਜੀ ਨਾ ਉਚਾਰੋ, ਵਜ਼ੀਰ ਖਾਂ ਬੜਾ ਸਿਆਣਾ ਹੈ, ਕਹਿੰਦਾ ਐ ਉਮਰਾਵ ਇਹਦੀ ਬੇਨਤੀ ਬਾਦਸ਼ਾਹ ਕੋਲ ਕੋਈ ਨਾ ਕਰੇ, ਇਹ ਬੰਦਾ ਨਮਕ ਹਰਾਮੀ ਹੈ, ਜਿਹੜਾ ਇਹਦੀ ਬੇਨਤੀ ਬਾਦਸ਼ਾਹ ਕੋਲ ਕਰੇਗਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ, ਜਿਹੜਾ ਕੋਈ ਬੇਨਤੀ ਕਰੇਗਾ ਬਾਦਸ਼ਾਹ ਕੋਲ ਇਸ ਬੰਦੇ ਦੀ, ਤੇ ਮੈਂ ਉਹਦਾ ਫਿਰ ਦੇਖਣਾ ਕੀ ਹਾਲ ਕਰਾਂਗਾ। ਯਾ ਤੇ ਸਭ ਹਟ ਕਰ ਰਹੇ ਔਰ ਮੈਂ ਡਰ ਤਾਰੋ, ਵਜ਼ੀਰ ਖਾਂ ਬੜਾ ਪੁਰਾਣਾ ਸੀ ਬਾਦਸ਼ਾਹ ਦਾ ਵਜ਼ੀਰ, ਤੇ ਸਾਰੇ ਦੀ ਗੱਲ ਮੰਨਦੇ ਸੀ, ਤੇ ਕਿਸੇ ਵਜ਼ੀਰ ਨੇ ਕਿਸੇ ਹੋਰ ਉਮਰਾਵ ਨੇ ਇਹਦੀ ਗੱਲ ਨਹੀਂ ਕੀਤੀ ਬਾਦਸ਼ਾਹ ਕੋਲ। ਸਭ ਕੇ ਟਿਗ ਪੈਂਦਾ ਦਿਓ ਰਿਸ਼ਵਤ ਦੇ ਹਾਰਾ, ਪੈਂਦੇ ਖਾਂ ਸਾਰਿਆਂ ਕੋਲ ਚਲਾ ਗਿਆ, ਮੈਂ 500 ਤੂੰ ਫੜ ਲੈ, 1000 ਤੂੰ ਫੜ ਲੈ, ਸਭ ਨੂੰ ਰਿਸ਼ਵਤ ਦੇਈ ਜਾ ਰਹੇ ਹੈ, ਜਿਹੜਾ ਬੰਦਾ ਆ ਵਿਗੜਿਆ ਤੇ ਕਈਆਂ ਨੂੰ ਵਿਗਾੜਦਾ ਹੈ, ਸਭ ਨੂੰ ਰਿਸ਼ਵਤ ਦੇ ਕੇ ਹਾਰ ਗਿਆ, ਪਰ ਇਹਦੀ ਪੁਕਾਰ ਨਹੀਂ ਪਹੁੰਚੀ ਬਾਦਸ਼ਾਹ ਕੋਲ। ਮੈਂ ਖਾਨ ਅਸਮਾਨ ਬੋ ਕੀਨੇ ਉਪਚਾਰਾ, ਇਸੇ ਤਰ੍ਹਾਂ ਅਸਮਾਨ ਖਾਂ
ਇਹਨੇ ਵੀ ਬੜੇ ਉਪਚਾਰ ਕੀਤੇ ਤੇ ਕਿਸੇ ਤਰੀਕੇ ਨਾਲ ਸਾਡੀ ਪੁਕਾਰ ਸਾਡੀ ਫਰਿਆਦ ਬਾਦਸ਼ਾਹ ਦੇ ਕੋਲ ਪਹੁੰਚ ਜਾਵੇ। ਇੱਕ ਮਾਸ ਲਗਭੋ ਫਿਰੇ ਕਰ ਜਿਤਨੇ ਅਨੇਕਾਂ ਸਤਨਾਮ। ਇੱਕ ਮਹੀਨਾ ਲੱਗ ਗਿਆ ਖਾਲਸਾ ਜੀ ਫਰਿਆਦ ਨੂੰ ਅੱਗੇ ਤੋਰਦੇ ਹੀ ਕਿ ਸਾਡੀ ਫਰਿਆਦ ਇਹ ਕਰੇਗਾ ਉਹ ਕਰੇਗਾ ਉਹ ਸਾਡੀ ਫਰਿਆਦ ਕਰਾਵੇਗਾ, ਪਰ ਕਿਸੇ ਕੋਲ ਖਾਲਸਾ ਜੀ ਇਹਨਾਂ ਦੀ ਫਰਿਆਦ ਅੱਗੇ ਨਹੀਂ ਪਹੁੰਚੀ। ਹਜ਼ਰਤ ਸੁਣੇ ਪੁਕਾਰ ਕੋ ਬਸ ਚੱਲਿਓ ਨਾ ਏਕਾ। ਇਹਨਾਂ ਦੇ ਮਨ ਦੀ ਇਹੀ ਤਮੰਨਾ ਹੈ ਕਿ ਹਜ਼ਰਤ ਬਾਦਸ਼ਾਹ ਜਾ ਪਨਾਹਾ ਸ਼ਾਹਜਹਾਂ ਸਾਡੀ ਫਰਿਆਦ ਸੁਣ ਲਵੇ, ਪਰ ਇਹਨਾਂ ਦਾ ਇੱਕ ਵੀ ਬਸ ਨਹੀਂ ਚੱਲਿਆ ਖਾਲਸਾ ਜੀਓ। ਸਹਿਤ ਦਮਾਦ ਬਿਲੰਦ ਦੁੱਖ ਚਿੰਤਾ ਨਿਤ ਬਾਡੀ। ਜਿੱਥੇ ਪੈਂਦੇ ਖਾਂ ਆਪ ਦੁਖੀ ਹੈ, ਉੱਥੇ ਇਹਦਾ ਜਵਾਈ ਅਸਮਾਨ ਖਾਂ ਵੀ ਦੁਖੀ ਹੈ। ਦੋਵਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਚਿੰਤਾ ਹੈ। ਕਰਕਤ ਉਠਤ ਬੈਠ ਤੇ ਬੜ ਪੀਰੀ ਉਪਾਵੇ। ਉੱਠਦੇ ਹਨ ਫਿਰ ਵੀ ਸਰਦੇ ਬਲਦੇ ਰਹਿੰਦੇ ਹਨ, ਬਹਿ ਜਾਂਦੇ ਤਾਂ ਵੀ ਸਰਦੇ ਬਲਦੇ ਰਹਿੰਦੇ। ਖਾਲਸਾ ਜੀ ਹਰ ਵੇਲੇ ਸੜੇਵਾ ਇਹਨਾਂ ਦੇ ਅੰਦਰ ਹੈ, ਦੁੱਖ ਇਹਨਾਂ ਦੇ ਅੰਦਰ ਹੈ ਕਿ ਸਾਡੀ ਫਰਿਆਦ ਬਾਦਸ਼ਾਹ ਕੋਲ ਨਹੀਂ ਪਹੁੰਚ ਰਹੀ। ਕਹਾ ਕਰੇ ਬਸ ਨੇ ਚਲੇ ਬਿਰਥਾ ਸਭ ਜਾਵੇ। ਅਸੀਂ ਹੁਣ ਕੀ ਕਰੀਏ, ਸਾਡੀ ਕੋਈ ਫਰਿਆਦ ਨਹੀਂ ਪਹੁੰਚ ਰਹੀ ਬਾਦਸ਼ਾਹ ਕੋਲ, ਸਾਡੇ ਸਾਰੇ ਕਾਰਜ ਬਿਰਥੇ ਜਾ ਰਹੇ ਹਨ। ਕਿਆ ਮੁੱਖ ਲੈ ਘਰ ਕੋ ਚਲੇ ਰੋਜੀ ਨਿਤ ਖੋਈ। ਅਸੀਂ ਕਿਹੜਾ ਮੁਖੜਾ ਲੈ ਕੇ ਬਾਦਸ਼ਾਹ ਕੋਲ ਜਾਵਾਂਗੇ, ਸਾਡੀ ਸਾਡੀ ਰੋਜੀ ਰੋਟੀ ਵੀ ਖਤਮ ਹੋ ਗਈ ਹੈ। ਜਿਹੜਾ ਅਸੀਂ ਕੰਮ ਕਰਦੇ ਸੀ ਮਹਾਰਾਜ ਦੇ ਕੋਲ ਸਾਨੂੰ ਵਧੀਆ ਖਾਣ ਨੂੰ ਮਿਲਦਾ ਸੀ, ਅੱਜ ਉਹ ਵੀ ਖਤਮ ਹੋ ਗਿਆ ਹੈ। ਕਹਾ ਕਹੇਂਗੇ ਬੈਠ ਕਰ ਜਬ ਮਿਲ ਸਭ ਕੋਈ। ਜਦੋਂ ਅਸੀਂ ਆਪਣੇ ਘਰ ਜਾਵਾਂਗੇ ਸਾਰੇ ਆ ਕੇ ਬੈਠਣਗੇ ਸਾਡੇ ਕੋਲ, ਅਸੀਂ ਕੀ ਮੁੱਖ ਵਿਖਾਵਾਂਗੇ ਉਹਨਾਂ ਨੂੰ ਤੇ ਕਿਹੜੇ ਬਚਨ ਆਖਾਂਗੇ ਉਹਨਾਂ ਨੂੰ। ਜੀਵਨ ਤੇ ਮਰਬੋ ਭਲੋ ਇੱਕ ਖਾਨਾ ਖਾਨੇ। ਇਸ ਕਰਕੇ ਇਹ ਪੈਂਦੇ ਖਾਂ ਸੋਚ ਰਿਹਾ ਹੈ ਸਾਡੇ ਜੀਣਾ ਤੋਂ ਭਲਾ ਮਰਨਾ ਹੀ ਚੰਗਾ ਹੈ, ਕਿ ਜਿੰਦੇ ਅਸੀਂ ਨਾ ਹੀ ਰਹੀਏ, ਅਸੀਂ ਆਪਣੇ ਘਰ ਵਿੱਚ ਬੈਠ ਕੇ ਆਪਣੇ ਖਾਨਾ ਦੇ ਕੋਲ ਬੈਠ ਕੇ ਭਰਾਵਾਂ ਦੇ ਕੋਲ ਬੈਠ ਕੇ ਕੀ ਮੂੰਹ ਵਿਖਾਵਾਂਗੇ। ਘਰ ਕੇ ਰਹੇ ਨਾ ਘਾਟ ਕੇ ਇਮ ਲੋਕ ਬਖਾਨੇ। ਲੋਕੀ ਤਾਂ ਇਹ ਵੀ ਆਖਣਗੇ ਨਾ ਇਹ ਘਰ ਦੇ ਰਹੇ ਨਾ ਘਾਟ ਦੇ ਰਹੇ, ਨਾ ਇੱਧਰ ਰਹੇ ਨਾ ਉੱਧਰ ਰਹੇ, ਇਹ ਅੱਧ ਵਿਚਾਲੇ ਵਾਲੇ ਹੀ ਹਨ। ਨਿਸਚਾਰੇ ਬੇਚਲਨ ਕੋ ਠਹਿਰਤ ਨੇ ਕੋਈ। ਇਸ ਤਰ੍ਹਾਂ ਪੈਂਦੇ ਖਾਂ ਨੇ ਅਤੇ ਅਸਮਾਨ ਖਾਂ ਨੇ ਸਲਾਹ ਕਰ ਲਈ ਵੀ ਚਲੋ ਹੁਣ ਵਾਪਸ ਘਰ ਚਲੀਏ, ਸਾਨੂੰ ਮਹੀਨੇ ਤੋਂ ਵੱਧ ਇੱਥੇ ਬੈਠੇ ਨੂੰ ਹੋ ਗਏ, ਸਾਡੀ ਫਰਿਆਦ ਨਹੀਂ ਪਹੁੰਚੀ ਬਾਦਸ਼ਾਹ ਕੋਲ, ਚਲੋ ਹੁਣ ਆਪਣੇ ਘਰ ਚਲੀਏ। ਕਰਤ ਖੁਸ਼ਾਮਦ ਥੱਕ ਰਹੇ ਨੇ ਸਰੇ ਸੁਕਾ ਜਾ। ਦੋਨੋਂ ਹੀ ਵੱਖ ਵੱਖ ਵਜ਼ੀਰਾਂ ਦੀ ਵੱਖ ਵੱਖ ਬੰਦਿਆਂ ਦੀ ਖੁਸ਼ਾਮਦ ਕਰਦੇ ਰਹੇ, ਸਭ ਨੂੰ ਰਿਸ਼ਵਤ ਦਿੰਦੇ ਰਹੇ ਖਾਲਸਾ ਜੀਓ, ਪਰ ਇਹਨਾਂ ਦਾ ਕਾਰਜ ਇੱਕ ਵੀ ਨਹੀਂ ਸਰਿਆ। ਦਰਬ ਸਰਬ ਕੋ ਖਰਚ ਕਰ ਪਾਚੀਨ ਸਮਾਜਾ। ਜਿੰਨਾ ਪੈਸਾ ਘਰ ਤੋਂ ਲੈ ਕੇ ਆਏ ਸੀ ਖਾਲਸਾ ਜੀਓ, ਉਹ ਸਾਰਾ ਰਿਸ਼ਵਤ ਦੇ ਕੇ ਇਹ ਖਾਲੀ ਕਰ ਗਏ ਆਪਣਾ ਪੈਸਾ, ਤੇ ਇਤਨਾ ਧਨ ਦੌਲਤ ਇਹ ਬੇਫਜ਼ੂਲ ਗਵਾ ਕੇ ਬਿਲਕੁਲ ਸ਼ਰਮਿੰਦੇ ਹੋ ਰਹੇ ਹਨ। ਇੱਕ ਮਾਸ ਬੀਤੀ ਹੋ ਜਾਵੇ ਇਮ ਭਏ ਬਿਹਾਲਾ। ਜਦੋਂ ਖਾਲਸਾ ਲਗਭਗ ਇੱਕ ਮਾਸ ਤੋਂ ਵੱਧ ਸਮਾਂ ਹੋ ਗਿਆ, ਭਾਵ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਤੇ ਦੋਵੇਂ ਬੜੇ ਬਿਹਾਲ ਹੋ ਰਹੇ ਹਨ। ਕੁਤਬ ਖਾਂ ਆਗਵਨ ਕੀਏ ਲਵਪੁਰ ਤਿਸ ਕਾਲਾ। ਇੱਕ ਮਹੀਨੇ ਬਾਅਦ ਕੁਤਬ ਖਾਂ ਇਹਦੇ ਚਾਚੇ ਦਾ ਬੇਟਾ ਉਹੀ ਕੁਤਬ ਖਾਂ, ਤੇ ਜਦੋਂ ਇੱਕ ਮਹੀਨੇ ਬਾਅਦ ਲਾਹੌਰ ਪਹੁੰਚਿਆ ਹੈ। ਕਰਿਓ ਸੁਨਾਵਨ ਕਿਸੂ ਨਰ ਜਲੰਧਰ ਸੂਬਾ। ਕਿਸੇ ਨੇ ਆਖਿਆ ਪੈਂਦੇ ਖਾਂ ਜਲੰਧਰ ਦਾ ਜਿਹੜਾ ਸੂਬੇਦਾਰ ਹੈ। ਉਤਰੇ ਆਨ ਸੋ ਸੈਨ ਕੇ ਕਿਆ ਹੋ ਮਨ ਸੂਬਾ। ਉਹ ਬੜਾ ਵੱਡਾ ਯੋਧਾ ਹੈ, ਉਹਦਾ ਨਾਮ ਕੁਤਬ ਖਾਨ ਹੈ, ਤੇ ਫੌਜ ਦੇ ਸਹਿਤ ਇੱਥੇ ਆ ਕੇ ਉਤਰਿਆ ਹੈ।
सुनते आनंदत पैन देखा जन तर कुमलायो। जिवें कोई दरखत कुमला जावे ना ते इसे तरह पैन देखा कुमला गया सी। जदों इन्हें सुनिया ते मेरा मित्र मेरा भरा कुतुब खां आ गया है, पेंदे खां बड़ा खुश होया। सींचियो जल किनी आन के इस बिद टैकायो। जे कोई दरखत कुमला जावे तो पानी पा दो ते फिर हरिया भरिया हो जांदा है। इसे तरह पेंदे खां पहला कुमला गया सी खालसा जी। जो सुनिया इन्हें कि मेरा भरा कुतुब खां आ गया है तो बिल्कुल हरिया भरिया हो गया। चतर कटी जब दिन रहो गम ने तिस डेरे। चार घड़िया जदों दिन रह गया खालसा, लगभग यही समा होना, इस तो बाद होना समा गर्मी का, तो इतना समा जदों रह गया तो पेंदे खां उहदे डेरे पहुंचया है। जाए तमाम सलाम किए मिल प्रेम बटेरे। पेंदे खां ने दोवां ने जाके सलाम की कुतुब खां नूं, ते सलाम करके दोवां ने दूजे का हाल चाल पुछया है। बैठे निकट प्रसंग निज कै सकल सुनायो। पेंदे खां कुतुब खां दे कोल बैठ के ओ सारी गल खोल के सुनान लगा। हारे जतन अनेक कर कुछ पेव न पायो। कुतुब खां असी सारे जतन करके हार गए हां ते सानू कुछ भरोसा नहीं मिलिया बादशाह वल्लों। अब लो नहीं पुकार किन तिदशाह उचारी। अजे तक साडी पुकार बादशाह वल किसे ने नहीं कीती। असी सब नू कह कह के थक गए हां पर साडी फरियाद अगे नहीं पहुंची। मेल करन सन्मान सो विश्वास न तारी। ऐ कुतुब खां सानू किसे दे भरोसा रहा ही नहीं हुण कि साडा केड़ा मिलाप करावेगा बादशाह नाल, सानू किसे दे भरोसा नहीं है। मिल मिल करन खुशामदन रिश्वत को दैबो। असी तां सब दी खुशामद भी कीती है, बहुत बड़ाई की सब दी बंद है कुतुब खां, तो सब रिश्वत दे दे के थक गए हां। सब उमरावन के सदन उठ कर नित जैबो। सारे उमरावा दे घर भी गए, सब नु जाके खुले पैसे भी बख्शिश कीते, तो सब दी खुशामद भी कीती है। किनो कयो नशा सो हम सब कर लीने। पर साडी गल साडी फरियाद बादशाह कोल किसे ने नहीं कीती। असी सब दी खुशामद करके रिश्वत दे के थक गए हां। तिद वजीर खां रहन ते डर पे त्रित ही ने। सारे फरियाद क्यों नहीं कर दे एक वजीर खां बादशाह जो कोल है, वो सब वजीर खां तो डरदे हन। रहे प्रतीकत तोए को नहीं ता कर जाते। कुतुब खां सी तेरी उड़ीक कर रहे सी कुतुब खां कदों आवे ते असी इत्थे अपनी फरियाद बादशाह कोल करिए, नहीं ता असी अपने घर जा रहे सी। तन को दीर्घ खर्चे मुझ ते सब खाते। कुतुब खां ए महीना हो गया सारे मेरे तो पैसा खाई जा रहे हैं, खाई जा रहे हैं, मेरा सारा पैसा खत्म हो गया है। मम कारज सगरे बिखे तुम बनो जाजू। ऐ कुतुब खां तू मेरा जहाज बन, मैं डूब रहा हां ते मेरे कारजा नु तू जहाज बन के बन्ने लगा दे। सब प्रातन की राख है पत दीरद लाजू। असी सारे तेरे भरा हां जिवें मैं तेरा भरा हां, ते बाकी जड़े मेरे योधे हन ए भी तेरे भरा हन। कुतुब खां साडे सब दी लाज रख। कहे कुतुब सुन पेंदे खां ए निश्चे जानी। ए गल सुन के कुतुब खां कहन लगा पेंदे खां अपने मन विच ए भरोसा कर ले। खां वजीर ते सब डरे होए ना समहानी। सब वजीर खां तो डरदे हन ते कोई ओदे सामने भी नहीं जांदा। मुझ ते पी तिस त्रास ते ए कई न जाई। पेंदे खां मैं भी डरदा हां वजीर खां तो, ता भी मैं ओदे सामने नहीं जा सकदा, ते मैं किवें फरियाद करां तेरी बादशाह दे कोल जाके।
या ते कारज कठन है कैसे बन आई, इस करके कार्य बड़ा औखा है हुण किवें बनेगा। अत सचिंत पेंदा पयो टूटी सब आसा, गल सुन के पेंदे खां बड़ा चिंता दे सहत होया ते सोचन लगा मेरी सारी आसा टुट गई। जनमला विच धार के तज तरी निराशा, कोई मला नदी च वाड़ के ना किसी नूं उत्थे किसी डोब देवे, मेरा ए हाल हो गया है। दानशवंद बिलंद तू कुछ जतन बताओ, मतलब खां तो बड़ा दानशवंद अकलवान है ते कोई जतन कर कोई सलाह मशवरा दे। जिस बिद तारज एसरे सो जगत बनावे, जिस करके मेरा ए कार्य सर देवे, तू कोई जतन दस कोई जतन बता। तुम वाकफ दरबार के रैशाओ नजी के, तुसी ता इस दरबार दे वाकफ हो, जानदे हो कि बादशाह कोल किवें पहुंचा जा सकदा है। पहुंचे जाए पुकार ते होए कारज नीके, असी बादशाह कोल जाके पहुंचिए उत्थे साडा कारज हो जावे। अपर नहीं हमरो हितु सम तोए सुजाना, तेरे वर्गा साडा इत्थे कोई हितु नहीं है, साडा भला करने वाला नहीं है। लखियो अलंब विशाल उर आवन तब ठाना, गुतब खां असी तेरे आसरे करके इत्थे आए सी कि साडा काम तेरे करके हो जावेगा। कैत कुतब खां जतन सुन लियो बेण उतंग, खां कहन का एक जतन रह गया बस, ओ जतन करना है एक वड्डा बांस लेके। मुर्गी बंद बुलाइए ऊंची ते संगा, बांस ते मुर्गी बंद है ते मुर्गी नु डराना है उन्हें बुलाना है, तो जदों मुर्गी उच्ची आवाज विच बोलेगी। सुने शाह हो प्रात जब ले निकट बुलाई, इस तरह करी पेंदे खां एक बांस ते मुर्गी बंद है थले मशाल बाल दी, जो मुर्गी नूं सेक लगेगा ते आपे तड़फेगी बोलेगी ते फरियाद करेगी बादशाह कोल, ते बादशाह तेरी फरियाद आपे सुन लवेगा। सतल प्रसंग सुनाइए मैं बनो सहाई, उठे बादशाह कोल तेरी मैं सहायता करांगा, ते अपनी सारी गल खोल के दसी बादशाह नूं। इस उपाय बिन अपर ने की जे तत्काला, पेंदे खां ओ उपाय रातो राती करना है, फटाफट तैयारी करना है, एही उपाय है। सुनते आनंदत पेंदे खां लख जतन सुखाला, सुन के पेंदे खां बड़ा खुश होया, कहन का ये तो बड़ा सुखाला जतन है। निश्चे मसलत तारे उठियो गा अपने डेरे, इस तरह सलाह मशवरा करके बड़े भरोसे नाल पेंदे खां उठ उठिया अपने टिकाने चला गया। सब साथीन सुनाए के हर खेत इस बेरे, सब अपने साथियों नूं कहण लगा भरावो असी सवेरे सवेरे बादशाह कोल इस तरह फुकार करांगे कि रात लगभग सवेरे तीन चार बजे मुर्गी नूं बन्नांगे बांस उत्ते, थले मशाल बालांगे अग दी, जदों मशाल अग उपर जावेगी नेड़े नेड़े करांगे ते मुर्गी आप ही सड़ेगी, सर्दी होई बोलेगी उच्ची पुकार करेगी ते बादशाह दी नींद खुल जावेगी, ते बादशाह आपे साडी पुकार सवेरे सवेरे जरूर सुनेगा। ते कीवे हुण पेंदे खां बादशाह कोल फरियाद करेगा खालसा जीओ। ते धन गुरु हरगोबिंद साहिब अपने आनंद विच महाराज जी जंग लई हर वेले तैयार हन, उन्हां दा इही कार्ज है कि धर्म लई जदों युद्ध करना होवे ते योधे तैयार बर तैयार रहिंदे हन। ते कीवे खालसा जीओ पेंदे खां ते अपनी फौज लै के पेंदे खां गुरु महाराज दे विरुद्ध करतारपुर साहिब आ के जंग करेगा, यह कथा आप जी समय अनुसार श्रवण करना जी। इतनिया ही बेनतियां प्रवान भुल चुक दी खिवा, वाहेगुरु 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 वाहेगुरु। वाहेगुरु 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 वाहेगुरु।
ਗੁਰੂ ਵਾਹਿ ਗੁਰੂ ਵਾਹਿ ਗੁਰੂ ਅਚੁੱਤ ਹੋ ਪਾਰ ਬ੍ਰਹਮ ਅਗਨਾਸ ਹੋ ਪੂਰਨ ਹੋ ਸਰਬਮੈ ਹੋ ਸੰਗੀ ਹੋ ਨਿਰੰਕਾਰ।